दर्शन देख जीवा गुर तेरा पूर्ण कर्म होए प्रभ मेरा एह बिनंती सुन प्रभ मेरे देहु नाम कर अपने चेरे ज्यों बुलावह त्यों बोलह स्वामी कुदरत कवन हमारी साध संग नानक जस गायो जो प्रभ की अत प्यारी सज्जन सच्चा पात साह सिर सहंद साह जिस पास बैठिया सोही है सबना दा विसाह कंचन माटी मन जो नर दुख मैं दुख नहीं मान वाहिगुरु जी का खालसा वाहिगुरु जी की फतेह सतगुरां दी साजी नवाजी गुरु रूप गुरु खालसा साध संगत जी धन 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 सतगुरु नानक देव निरंकार सचे पातशाह जी दे 550 साले नूं समर्पित सतगुरां दे बख्शिश कीते जप तप समागम श्री अखंड पाठ साहिब सतगुरां दी रहमत सदका जिन्हां दी परसों रोज तों प्रारंभता दी दात बख्शिश कीती संपूर्णता टाइम आप गुरु रूप संगत दी अरदास प्रवान कर सच्चे पातशाह जी ने साडा सर्वत दा भला करदिया ए पावन हुक्म जो श्रवण कीते सानू दात दान बख्शिश कीता है कुछ क टाइम आपां सच्चे पातशाह जी दियां वडियाईयां अमृत पावन गुरबाणी द्वारा परमेश्वर दी सिफत सलाह वाहिगुरु परमेश्वर दे प्यारे वाहिगुरु दा सरूप होण वाले उन्हां ब्रह्म ग्यानियां दा जीवन जिवें गुरबाणी अंदर पातशाह जी ने रहमत कीती साहिब सतगुरु तेग बहादुर सच्चे पातशाह जी दे चरणा पास 587 साधु नाल रहा करदा सी महाराज दे नाल विचरिया करदे एक बार उन्हां समूह ने सच्चे पातशाह साहिब सतगुरु तेग बहादुर पातशाह जी दे हजूर चरणा पास अरदासां बेनतियां कीतियां पातशाह ब्रह्म ग्यानी दे की लक्षण हुंदे है ब्रह्म ग्यानी दी मर्यादा कैसी हुंदी करनी कैसी हुंदी है तां जो गुरु पंचम गुरदेव शहीदां दे सिरताज शांति दे पुंज साहिब सतगुरु अर्जन देव सच्चे पातशाह जी ने सुखमनी साहिब अंदर अमृत उपदेश सलोक मन साचा मुख साचा सोए अवर न पेखै एक सबिन कोए नानक यह लक्षण ब्रह्म ज्ञानी होए भाई ब्रह्म ज्ञानी का ऐसा लक्षण है उहदा मन भी साचा हुंदा है इसे वास्ते गुरु कलगी धर दशमेश पिता अमृत के दाते पंथ दे वाली सरबंसदानी अमृत के दाते पातशाह जी का महावाक है
ਹਮੂ ਮਰਦ ਵਾਇਦ ਸੁਖ ਨਵਾਰ ਨਾ ਸਿੱਖ ਮੇ ਜਿਗਰ ਦਰ ਦਿਹਾਨੇ ਜਿਗਰ। ਹੇ ਖਾਲਸਾ ਜੀ, ਹਮੂ ਮਰਦ ਵਾਇਦ ਸੁਖ ਨਵਾਰ, ਮਰਦ ਕੈਸਾ ਹੋਵੇ ਵਾਇਦ ਹੋਵੇ ਸੁਖ ਨਵਾਰ। ਗੁਰੂ ਕਲੰਗੀ ਧਰ ਦਸਮੇਸ਼ ਪਿਤਾ ਜੀ ਦਾ ਮਹਾਂਵਾਕ ਸੁਖ ਨਵਾਰ, ਭਾਈ ਸੁਖ ਸੁਖ ਨਵਾਰ ਬਚਨ ਪਾਲਣ ਵਾਲਾ ਹੋਵੇ। ਇਸ ਵਾਸਤੇ ਬੋਲੇ ਨਰ ਕੱਚਾ ਇਹੋ ਜਿਹਾ ਜੀਵਨ ਨਾ ਹੋਵੇ, ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਨਰ ਕੱਚਾ ਐਸਾ ਨਾ ਹੋਵੇ, ਸੁਖ ਨਵਾਰ ਬਚਨ ਪਾਲਣ ਵਾਲਾ ਹੋਵੇ। ਨਾ ਸਿੱਖ ਮੈਂ ਦਿਗਰ ਦਰ ਦਿਹਾਨੇ ਦਿਗਰ। ਸਾਹਿਬ ਗੁਰੂ ਕਲੰਗੀਧਰ ਪਿਤਾ ਜੀ ਕਹਿਣ ਲੱਗੇ, ਭਾਈ ਸਿੱਖ ਮੈਂ ਦਿਗਰ ਦਰ ਦਿਹਾਨੇ ਦਿਗਰ, ਉਸਦੇ ਸਿੱਖ ਮੈਂ ਦਿਲ ਦੇ ਵਿੱਚ ਦਿਗਰ ਹੋਰ ਨਾ ਹੋਵੇ। ਦਰ ਦਹਾਨੇ ਦਹਾਨੇ ਦਾਹਿਨੇ ਪਾਕ ਮੁੱਖ ਨੂੰ ਬੋਲਦੇ ਹੈ, ਦਾਹਿਨੇ ਮੁੱਖ ਦੇ ਵਿੱਚ ਦਿਗਰ ਹੋਰ ਕੁਛ ਨਾ ਹੋਵੇ, ਉਹਦੇ ਦਿਲ ਵਿੱਚ ਕੁਛ ਹੋਰ ਨਾ ਚੱਲਦਾ ਹੋਵੇ, ਮੁੱਖ ਤੇ ਕੁਛ ਹੋਰ ਨਾ ਹੋਵੇ, ਇੱਕੋ ਜਿਹਾ ਹੋਵੇ। ਅੰਮ੍ਰਿਤ ਗੁਰਬਾਣੀ ਅੰਦਰ ਪਾਤਸ਼ਾਹ ਜੀ ਦਾ ਮਹਾਂਵਾਕ, ਮਨ ਸਾਚਾ ਮੁੱਖ ਸਾਚਾ ਸੋਏ, ਉਹਦਾ ਮਨ ਅਤੇ ਮੁੱਖ ਦੋਨੇ ਹੀ ਸੱਚੇ ਹੋਣ। ਭਾਈ ਮਨ ਵਿੱਚ ਹੋਰ ਨਾ ਹੋਵੇ, ਮੁੱਖ ਵਿੱਚ ਹੋਰ ਨਾ ਹੋਵੇ, ਪਾਤਸ਼ਾਹ ਜੀ ਦਾ ਮਹਾਂਵਾਕ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦਾ ਲੱਛਣ ਹੈ ਭਾਈ, ਬ੍ਰਹਮ ਗਿਆਨੀ ਦਾ। ਇਸ ਵਾਸਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਅਰਦਾਸ, ਉਹਨਾਂ ਉਦਾਸੀ ਸਾਧੂਆਂ ਦੀ ਅਰਦਾਸ ਸਮੂਹ ਨੂੰ ਭਾਗ ਲਾਉਂਦਿਆਂ ਰਹਿਮਤਾਂ ਕੀਤੀਆਂ, ਇਹ ਪਾਵਨ ਹੁਕਮ ਬਖਸ਼ਿਸ਼ ਕੀਤੇ ਹੈ। ਸੋਰਠ ਮਹੱਲਾ ਨਾਵਾਂ, ਸੋਰਠ ਰਾਗਣੀ ਦਾ ਨਾਮ ਹੈ, ਗੁਰਬਾਣੀ ਨੇ ਸਭ ਰਾਗ ਲਿਖੇ ਹੈ। ਮਹੱਲਾ ਨਾਵਾਂ, ਨੌਵੇਂ ਸਰੂਪ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਇਹ ਅੰਮ੍ਰਿਤ ਉਪਦੇਸ਼ ਸਾਡਾ ਸਰਬੱਤ ਦਾ ਭਲਾ ਕਰਦਿਆਂ ਬਖਸ਼ਿਸ਼ ਕੀਤੇ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹੈ, ਹੇ ਭਾਈ ਜੋ ਨਰ ਜਿਹੜਾ ਮਨੁੱਖ ਦੁੱਖ ਮੈਂ ਦੁੱਖ ਨਹੀਂ ਮੰਨਿਆ, ਦੁੱਖ ਮੈਂ ਦੁੱਖ ਵਿੱਚ ਦੁੱਖ ਨਹੀਂ ਮੰਨਿਆ, ਦੁੱਖ ਨਹੀਂ ਮੰਨਦਾ, ਦੁੱਖ ਤਾਂ ਹੈ ਭਾਈ, ਪੁੱਤ ਮਰਨ ਦਾ ਛੋਟਾ ਦੁੱਖ ਹੋਵੇਗਾ, ਭਖਾਰੀ ਜੀ ਰਜਾ ਵਿੱਚ ਹੈ, ਭਾਣੇ ਵਿੱਚ ਹੈ, ਗੁਰਸਿੱਖਾਂ ਨੂੰ ਕਹਿ ਰਿਹਾ ਭਾਈ ਭਾਣਾ ਮੰਨੋ, ਇਹ ਹੁਕਮ ਹੈ, ਇਹ ਹੁਕਮ ਹੈ ਭਾਈ, ਕੱਲੇ ਆਵੇ ਹੈ ਨਾਨਕਾ ਸੱਦੇ ਉੱਠੀ ਜਾਹੇ, ਉਹ ਤਾਂ ਹੁਕਮ ਹੈ। ਦੁੱਖ ਛੋਟਾ ਨਹੀਂ ਹੈ, ਨੌਜਵਾਨ ਪੁੱਤਰ ਉਹ ਵੀ ਡੋਲਾ ਘਰੇ ਲਿਆਉਣ ਸਾਰ, ਡੋਲੇ ਚੋਂ ਉਤਰਨ ਸਾਰ ਚੜ੍ਹਾਈ ਕਰ ਜਾਵੇ, ਪਰ ਗੁਰਮੁਖ ਗੁਰੂ ਕਾ ਸਹਿ ਕਹਿ ਰਿਹਾ ਭਾਈ ਭਾਣਾ ਮੰਨੋ, ਦੁੱਖ ਮੈਂ ਦੁੱਖ ਨਹੀਂ ਮੰਨੈ। ਇੱਕ ਗੁਰੂ ਕਾ ਸਿੱਖ ਵੇਖਣ ਵਾਸਤੇ ਆਇਆ ਹੈ, ਹੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਗੁਰਮੁਖ ਦੇ ਦਰਸ਼ਨ ਕਰਨੇ ਹੈ। ਸਤਿਗੁਰੂ ਜੀ ਕਹਿਣ ਲੱਗੇ, ਜਾ ਭਾਈ ਸਾਹਿਬਾਦ ਮਾਰਕੰਡੇ ਕੋਲ ਨਗਰ ਹੈ, ਉੱਥੇ ਭੇਜ ਦਿੱਤਾ, ਉੱਥੇ ਗੁਰੂ ਕਾ ਸਿੱਖ ਵੇਖਿਆ ਭਾਈ ਭਖਾਰੀ ਜੀ ਵਿਆਹ ਸਮਾਗਮ ਚੱਲ ਰਿਹਾ ਹੈ ਭਚੰਗੀ ਦਾ, ਉਹਦੇ ਸਾਰੇ ਕਾਰਜ ਆਪ ਅੱਗੇ ਹੋ ਕੇ ਨਿਪਟਾ ਰਹੇ ਹੈ, ਹਲਵਾਈਆਂ ਦੇ ਕੋਲ ਜਾ ਕੇ ਉਹਨਾਂ ਦੀਆਂ ਘਾਟਾਂ ਵਾਧਾਂ ਪੂਰੀਆਂ ਕਰਦਾ, ਦਿਸ਼ਾ ਨਿਰਦੇਸ਼ ਦਿੰਦਾ, ਭਾਈ ਇਸ ਤਰ੍ਹਾਂ ਤਿਆਰੀ ਕਰਨੀ ਹੈ, ਆਪਣੇ ਆਏ ਸੱਜਣਾ ਬੇਲੀਆਂ ਮਿੱਤਰਾਂ ਦੋਸਤਾਂ ਸਾਕ ਸੰਬੰਧੀਆਂ ਨੂੰ ਜਾ ਕੇ ਆਖਦਾ, ਕੱਲ੍ਹ ਨੂੰ ਭਾਈ ਆਪਾਂ ਇਸ ਟਾਈਮ ਤਿਆਰਾ ਕਰ ਦੇਣਾ, ਚਾਲਾ ਪਾ ਦੇਣਾ, ਤਿਆਰੀ ਕਰੋ, ਇਹਨਾਂ ਇਹਨਾਂ ਵਸਤੂਆਂ ਦੀ ਲੋੜ ਹੈ ਪੂਰੀਆਂ ਕਰੋ, ਆਪਣੇ ਸਰੀਕੇ ਨੂੰ ਦਿਸ਼ਾ ਨਿਰਦੇਸ਼ ਦਿੰਦਾ ਨਜ਼ਰ ਆ ਰਿਹਾ ਹੈ। ਉਹੀ ਭਾਈ ਭਖਾਰੀ ਜੀ
ਕਦੇ ਲੱਕੜਾਂ ਪਾੜੀ ਜਾ ਰਿਹਾ ਹੈ ਤੇ ਟਾਈਮ ਮਿਲਿਆ ਤਾਂ ਸਭ ਸਿਉਣ ਲੱਗ ਗਿਆ ਭਾਈ। ਜਿਹਨੂੰ ਕਹਿ ਦਈਏ ਅਸੀਂ ਥੱਲੇ ਵਸਾਉਣ ਵਾਲਾ ਸੱਥਰ, ਸੱਥਰ ਨੂੰ ਸਿਉਂ ਜਾਂਦਾ, ਹੋਰ ਇਧਰੋਂ ਇਧਰੋਂ ਲੀੜੇ ਕੱਪੜੇ ਇਕੱਠੇ ਕਰਕੇ ਸਾਫ਼ ਤਿਆਰ ਕਰੀ ਜਾਂਦਾ ਜਿੱਥੇ ਸੰਗਤ ਬੈਠ ਜਾਵੇ। ਗੁਰਮੁਖ ਵੈਸੋ ਸਭਾ ਵਸਾਏ, ਗੁਰਮੁਖ ਸਾਫ਼ ਦਾ ਖਿਆਲ ਮ੍ਰਿਤਕ ਟਾਈਮ ਵੀ ਨਹੀਂ ਛੱਡਦਾ ਭਾਈ। ਹੁਣ ਤਾਂ ਰੰਗਾਂ 'ਚ ਵੱਸਦੇ ਅਸੀਂ ਸਾਫ਼ ਦਾ ਖਿਆਲ ਛੱਡ ਗਏ ਹਾਂ। ਹੁਣ ਗੁਰੂ ਦਰਬਾਰ ਦੇ ਵਿੱਚ ਆ ਕੇ ਵੀ ਕੁਰਸੀ ਦੀ ਇੱਛਾ ਰੱਖਦੇ ਹਾਂ, ਮਹਾਰਾਜ ਦੇ ਮੂਹਰੇ ਬੈਠਣ ਵੇਲੇ ਵੀ ਕੁਰਸੀ ਦੀ ਇੱਛਾ ਰੱਖਦੇ ਹਾਂ ਅਸੀਂ ਸਿੱਖ, ਪਰ ਬਾਣੀ ਦਾ ਹੁਕਮ ਬੈਠੋ ਸਫ਼ਾ ਵਸਾਏ ਗੁਰਮੁਖੋ, ਇੱਦਾਂ ਬੈਠੋ ਇੱਕੋ ਜਿਹੇ ਬੈਠੇ ਹੋਵੋ, ਸਾਫ਼ ਤੇ ਬੈਠੇ ਹੋਵੋ, ਉੱਥੇ ਪਰਮੇਸ਼ਵਰ ਦੀ ਵਡਿਆਈ ਵਿਚਾਰ ਕਰਦੇ ਹੋਵੋ। ਤੇ ਗੁਰੂ ਕਲਗੀਧਰ ਪਿਤਾ ਜੀ ਨੇ ਤਾਂ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ ਭਾਈ ਸੱਥਰ ਵੀ ਚੰਗਾ ਹੈ। ਉਹ ਵਾਹਿਗੁਰੂ ਪਰਮੇਸ਼ਵਰ ਦੀ ਰਜ਼ਾ ਵਿੱਚ ਤਾਂ ਉਹ ਰਜ਼ਾ ਵਿੱਚ ਬੈਠਾ ਗੁਰਮੁਖ ਸੱਥਰ ਸੀਫ ਰਹੇ, ਲੱਕੜਾਂ ਪਾੜ ਰਹੇ, ਇੱਥੋਂ ਤੱਕ ਖੱਫਣ ਵੀ ਸਿਉਂ ਰਿਹਾ। ਖੱਫਣ ਵੀ ਆਪਣੇ ਬੱਚੇ ਦਾ ਆਪਣੇ ਹੱਥੀਂ ਤਿਆਰ ਕਰਵਾਇਆ ਕੀਤਾ, ਸਮਗਰ ਤਿਆਰੀ ਗੁਰੂ ਕਾ ਸਿੱਖ ਵੇਖ ਰਿਹਾ ਹੈ। ਮੈਂ ਗੁਰਮੁਖ ਦੇ ਦਰਸ਼ਨ ਕਰਨ ਆਇਆ, ਪਰ ਮੈਨੂੰ ਤਾਂ ਕੋਈ ਗੁਰਮੁਖ ਤਾਈ ਦਿਸਦੀ ਨਹੀਂ। ਇਹ ਆਦਤਾਂ ਤਾਂ ਮੇਰੀਆਂ ਵੀ ਹੈ, ਵਿਆਹ ਸ਼ਾਦੀਆਂ 'ਚ ਤਾਂ ਮੈਂ ਵੀ ਇਸ ਤਰ੍ਹਾਂ ਹੀ ਭੱਜਿਆ ਫਿਰਦਾ ਹੈ, ਇਸ ਤਰ੍ਹਾਂ ਹੀ ਮੈਂ ਆਪਣੇ ਕੰਮ ਧੰਦੇ ਨਿਪਟਾਉਣਾ। ਇਹ ਤਾਂ ਕੋਈ ਗੁਰਮੁਖਾਂ ਵਾਲੀ ਗੱਲ ਮੈਨੂੰ ਇਸ ਵਿੱਚ ਨਹੀਂ ਦਿਸਦੀ। ਸਮਾਂ ਬੀਤਿਆ, ਰਾਤਰੀ ਪੈ ਗਈ ਹੈ, ਗੁਰੂ ਕੇ ਸਿੱਖ ਨੇ ਲੰਗਰ ਛਕਿਆ ਤੇ ਛਕਾਇਆ ਇਸ ਆਏ ਗੁਰਮੁਖ ਨੂੰ। ਲੰਗਰ ਛਕਣ ਤੋਂ ਉਪਰੰਤ ਆਖਿਆ, ਗੁਰਮੁਖਾ ਕੋਈ ਵਸਤਰ ਕੱਪੜੇ ਧੋਣੇ ਆ ਤਾਂ ਇਸ਼ਨਾਨ ਕਰਵਾ ਦੇਈਏ, ਕੱਲ ਨੂੰ ਤੁਸੀਂ ਵੀ ਨਾਲ ਜਾਣਾ। ਇੱਦਾਂ ਸਾਰੀ ਰਾਤ ਮਹਾਰਾਜ ਦੀਆਂ ਵਡਿਆਈਆਂ ਕਰੀ ਗਿਆ ਗੁਰਮੁਖ, ਸਾਰੀ ਰਾਤ ਕਦੇ ਸ਼ਬਦ ਸੁਣਾਵੇ ਗੁਰਬਾਣੀ ਦੇ ਪ੍ਰੇਮ ਵਿੱਚ ਭਿੱਜ ਕੇ, ਕਦੇ ਗੁਰੂ ਘਰ ਦੀਆਂ ਵਾਰਤਾ ਸੁਣਾਵੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕੀਤਾ, ਤਿਆਰੇ ਕੀਤੇ, ਚਾਲੇ ਪਾ ਦਿੱਤੇ, ਵਿਆਹ ਸਮਾਗਮ ਤੋਂ ਬਾਅਦ ਬੀਬੀ ਨੂੰ ਵਿਆਹ ਕੇ ਲੈ ਆਏ। ਜਦੋਂ ਘਰ ਪਹੁੰਚੇ ਉਸੇ ਟਾਈਮ ਭਚੰਗੀ ਦੇ ਦਰਦ ਉੱਠਿਆ, ਭਾਈ ਭਖਾਰੀ ਜੀ ਦੇ ਸਪੁੱਤਰ ਦੇ ਚੜ੍ਹਾਈ ਕਰ ਗਿਆ ਉਸੇ ਦਰਦ ਨਾਲ। ਆਪਣੇ ਹੱਥੀਂ ਦੂਸਰੇ ਦਿਨ ਸੰਸਕਾਰ ਕੀਤਾ, ਕੀਰਤਨ ਕੀਤਾ, ਸੰਗਤ ਨੂੰ ਭਾਣਾ ਮੰਨਣ ਦਾ ਉਪਦੇਸ਼ ਬਖਸ਼ਿਆ, ਗੁਰੂ ਮਤ ਦੀ ਰਹੁ ਰੀਤੀ ਸ਼ਰਵਣ ਕਰਾਈ, ਹੈ ਹੈ ਕਰਕੇ ਉਹੇ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ। ਉਹ ਭਾਈ ਇਹ ਗੁਰਮੁਖ ਦੀ ਰਹੁ ਰੀਤੀ ਨਹੀਂ ਹੈ, ਹਾਏ ਹਾਏ ਕਰਨਾ ਉਹੇ ਉਹੇ ਕਰਨਾ, ਇਹ ਗੁਰਸਿੱਖਾਂ ਦੀ ਮਰਿਆਦਾ ਨਹੀਂ ਹੈ, ਇਹ ਗੁਰੂ ਘਰਦਿਆਂ ਦੀ ਮਰਿਆਦਾ ਨਹੀਂ ਹੈ। ਨਾ ਉਹ ਲੈਣ ਅਰ ਕਰਨ ਸਮਾਏ, ਨਾਨਕ ਤਿੰਨ ਬਲਹਾਰੈ ਜਾਏ। ਗੁਰੂ ਘਰ ਦੀ ਮਰਿਆਦਾ ਤਾਂ ਇਹ ਹੈ, ਵਾਹਿਗੁਰੂ ਦਾ ਨਾਮ ਜਪਣਾ, ਸਮਾਈ ਕਰਨੀ, ਸਮਾਈ ਕਰਨੀ, ਭਾਣਾ ਮੰਨਣਾ, ਰਜਾ ਰੱਖਣੀ, ਸੱਚੇ ਪਾਤਸ਼ਾਹ ਇਹ ਤੇਰਾ ਹੁਕਮ ਹੈ, ਸਭ ਤੇਰੇ ਹੁਕਮ ਵਿੱਚ ਹੋਇਆ ਹੋ ਰਿਹਾ ਹੈ। ਨਾ ਉਹ ਲੈਣ ਅਰ ਕਰਨ ਸਮਾਏ, ਵਾਹਿਗੁਰੂ ਦਾ ਨਾਮ ਜਪਣਾ, ਸਮਾਈ ਕਰਨੀ, ਨਾਨਕ ਤਿੰਨ ਬਲਹਾਰੈ ਜਾਏ। ਪਾਤਸ਼ਾਹ ਜੀ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ ਭਾਈ ਐਸੀਆਂ ਰੂਹਾਂ ਤੋਂ ਜਿਨ੍ਹਾਂ ਨੇ ਐਸਾ ਭਾਣਾ ਮੰਨਿਆ, ਕਿਉਂਕਿ ਗੁਰਸਿੱਖ ਭਾਣਾ ਮੰਨਦਾ ਹੈ। ਗੁਰਬਾਣੀ ਦਾ ਹੁਕਮ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਹੁਕਮ ਹੈ ਭਾਈ ਉਸ ਦੇ ਕੀਤੇ ਨੂੰ ਮਿੱਠਾ ਤੇ ਵਾਹਿਗੁਰੂ ਦੀ ਬੰਦਗੀ ਦਾ ਫਲ ਦਾਤ ਮੰਗਣੀ। ਸਮਾਂ ਬੀਤਿਆ, ਸੰਸਕਾਰ ਤੋਂ ਬਾਅਦ ਗੁਰੂ ਕਾ ਸਿੱਖ ਭਾਈ ਭਖਾਰੀ ਜੀ ਨੂੰ ਕਹਿਣ ਲੱਗਾ, ਜੋ ਦਰਸ਼ਨ ਕਰਨ ਆਇਆ ਸੀ ਗੁਰਮੁਖ ਦੇ, ਕਹਿਣ ਲੱਗਾ ਭਾਈ ਭਖਾਰੀ ਜੀ, ਮੈਂ ਕੱਲ੍ਹ ਦਾ ਤੁਹਾਨੂੰ ਵੇਖਿਆ, ਮੈਂ ਗੁਰਮੁਖ ਦੇ ਦਰਸ਼ਨ ਕਰਨ ਆਇਆ ਸੀ, ਮੈਨੂੰ ਸਤਿਗੁਰੂ ਜੀ ਨੇ ਆਪ ਭੇਜਿਆ ਸੀ ਤੁਹਾਡੇ ਕੋਲ, ਮੈਂ ਵੇਖਿਆ ਤੁਸੀਂ ਸਮੂਹ ਸੰਸਾਰ ਵਾਲੇ ਧੰਦੇ ਕੀਤੇ, ਮੇਰੇ ਮਨ ਵਿੱਚ ਆਇਆ ਵੀ ਇਹ ਕਿਹੜੀ ਗੁਰਮੁਖਤਾਈ ਹੈ, ਕਿਉਂਕਿ ਆਪ ਜੀ ਦੀ ਮਰਿਆਦਾ ਵੇਖ ਕੇ
ਦੀਸੈ ਸਭ ਮਹਿ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਹੁਣ ਗਿਆਨ ਹੋਇਆ ਵੀ ਐਸੀ ਅਵਸਥਾ ਦੇ ਮਾਲਕ ਗੁਰਮੁਖ ਹੋ ਆਪ ਜੀ। ਸਾਰਿਆਂ ਦੇ ਵਿੱਚ ਦਿਸਦੇ ਹੋ, ਸਭ ਧੰਦੇ ਕਰਦੇ ਹੋ, ਪਰ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ, ਧਿਆਨ ਕੇਵਲ ਤੇ ਕੇਵਲ ਵਾਹਿਗੁਰੂ ਦਾ ਹੈ। ਸੰਸਾਰ ਦੇ ਧੰਦੇ ਹੈ, ਧਿਆਨ ਵਾਹਿਗੁਰੂ ਦਾ ਹੈ, ਮੈਂ ਵੇਖਿਆ। ਪਰ ਇੱਕ ਮੇਰੀ ਬੇਨਤੀ ਹੈ ਭਾਈ ਭਿਖਾਰੀ ਜੀ, ਜੇ ਤੁਸੀਂ ਧੰਨ ਸਤਿਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਨੂੰ ਅਰਦਾਸ ਕਰਦੇ, ਮਹਾਰਾਜ ਮੇਰੇ ਪੁੱਤ ਦੀ ਉਮਰ ਬਖਸ਼ ਦਿਓ, ਮਹਾਰਾਜ ਮੇਰੇ ਪੁੱਤ ਦੀ ਉਮਰ ਲੰਬੀ ਕਰ ਦਿਓ, ਉਸ ਕਰ ਕੀ ਨਹੀਂ ਹੈ ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰਾ। ਉਹ ਘਰ ਤਾਂ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋਂ ਵਿਸਾਰੇ, ਉਹ ਤਾਂ ਸਾਰੀਆਂ ਗੱਲਾਂ ਦੇ ਸਮਰੱਥ ਹੈ, ਕਿਹੜੀ ਗੱਲ ਨਹੀਂ ਉੱਥੇ ਜਾ ਕੇ ਜਿਹੜੀ ਪੂਰੀ ਨਾ ਹੋਵੇ। ਅਰਦਾਸ ਕਰ ਲੈਂਦੇ ਸੱਚੇ ਪਾਤਸ਼ਾਹ ਜੀ ਨੂੰ, ਭਾਈ ਭਿਖਾਰੀ ਜੀ ਤੁਹਾਡਾ ਨੌਜਵਾਨ ਇਕੱਲਾ ਇਕੱਲਾ ਪੁੱਤ ਨਾ ਮਰਦਾ, ਤੁਹਾਡੀ ਨੂੰ ਰੰਡੇਪੇ ਦਾ ਦੁੱਖ ਨਾ ਕੱਟਦੀ। ਜਦੋਂ ਤੁਹਾਨੂੰ ਪਤਾ ਸੀ ਮੇਰੇ ਪੁੱਤ ਨੇ ਮਰ ਜਾਣਾ, ਕੱਲ ਮੈਂ ਵੇਖਿਆ ਲੱਕੜਾਂ ਪਾੜਦਿਆਂ ਨੂੰ, ਤੁਹਾਨੂੰ ਖੱਫਣ ਸਿਉਂਦਿਆਂ ਨੂੰ, ਤੁਹਾਨੂੰ ਕੱਲ ਮੈਂ ਦੇਖਿਆ ਤੁਹਾਨੂੰ ਸਾਫ ਤਿਆਰ ਕਰਦਿਆਂ ਨੂੰ, ਜਿਹੜੀ ਅੱਜ ਕੰਮ ਆਈ ਹੈ ਮੈਨੂੰ ਅੱਜ ਪਤਾ ਲੱਗਾ ਵੀ ਉਹ ਤੁਸੀਂ ਜੋ ਕੰਮ ਕੀਤੇ ਸਨ ਉਹ ਵਿਆਹ ਵਾਲੇ ਕੰਮ ਨਹੀਂ ਸੀ, ਉਹ ਤਾਂ ਮ੍ਰਿਤਕ ਵਾਲੇ ਕਰਮ ਸਨ। ਖੱਫਣ ਮ੍ਰਿਤਕ ਦਾ ਹੁੰਦਾ, ਸਾਫ ਮ੍ਰਿਤਕ ਦੀ ਹੁੰਦੀ ਹੈ, ਤੁਸੀਂ ਤਿਆਰੀਆਂ ਕੀਤੀਆਂ ਮੈਂ ਵੇਖਿਆ ਤੁਹਾਨੂੰ, ਜੇ ਤੁਹਾਨੂੰ ਇਹ ਪਤਾ ਸੀ ਤਾਂ ਅਰਦਾਸ ਕਰਦੇ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਮੇਰੇ ਪੁੱਤ ਦੀ ਉਮਰ ਬਖਸ਼ ਦਿਓ। ਤਾਂ ਭਾਈ ਭਿਖਾਰੀ ਜੀ ਕਹਿੰਦੇ, ਗੁਰਮੁਖਾ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਕੀ ਮੰਗੇ? ਨੈਨੋਂ ਦੇਖਤ ਇਹ ਜਗ ਜਾਈ, ਨੇਤਰਾਂ ਨਾਲ ਵੇਖਦਿਆਂ ਆ ਸੰਸਾਰ ਤਾਂ ਜਾ ਰਿਹਾ, ਕੀ ਮੰਗੀਏ? ਗੁਰਮਤਿ ਦਾ ਹੁਕਮ ਤਾਂ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਮੰਗਣ ਮੰਗ ਤਾਂ ਇੱਕੋ ਮੰਗ। ਭਾਈ ਮੰਗਣ ਆਇਆ ਤਾਂ ਇੱਕੋ ਮੰਗ, ਇੱਕ ਹੀ ਮੰਗ। ਕੀ ਮੰਗਣਾ ਨੀਕਾ? ਮਹਾਰਾਜ ਕਹਿੰਦੇ ਹਰ ਜਸ ਗੁਰ ਤੇ ਮੰਗਣਾ। ਭਾਈ ਗੁਰੂ ਤੋਂ ਮੰਗਣ ਆਇਆ ਤਾਂ ਹਰੀ ਦਾ ਜਸ ਮੰਗ ਲਾ, ਵਾਹਿਗੁਰੂ ਆਪਣੀ ਬੰਦਗੀ ਬਖਸ਼ ਦੇ, ਆਪਣੀ ਵਡਿਆਈ ਬਖਸ਼ ਦੇ, ਆਪਣੀ ਸਿਫਤ ਸਲਾਹ ਬਖਸ਼ ਦੇ, ਇਹ ਜਨਮ ਤੁਮਾਰੇ ਲੇਖੇ ਹੋ ਜਾਵੇ। ਇੱਕੋ ਮੰਗ, ਇਹੀ ਮੰਗ ਭਾਈ, ਜੇ ਮੰਗਣ ਆਇਆ ਤਾਂ ਗੁਰੂ ਤੋਂ ਮੰਗਣਾ। ਗੁਰੂ ਤੋਂ ਤਾਂ ਗੁਰਮੁਖ ਕਹਿੰਦਾ ਭਾਈ ਇਹ ਮੰਗਣਾ ਚਾਹੀਦਾ, ਮਹਾਰਾਜ ਗੁਰਸਿੱਖੀ ਸਿਦਕ ਬਖਸ਼ੋ, ਮਹਾਰਾਜ ਬਾਣੀ ਬਾਣੇ ਦਾ ਪ੍ਰੇਮ ਪਿਆਰ ਬਖਸ਼ੋ, ਮਹਾਰਾਜ ਨਿਤਨੇਮ ਨਾਮ ਸਿਮਰਨ ਬਖਸ਼ੋ, ਇਹ ਮੰਗ ਭਾਈ, ਇਹ ਮੰਗਣਾ, ਹੋਰ ਕੀ ਮੰਗੀਏ। ਦੁਨੀਆਂ ਵਿੱਚ ਤਾਂ ਇੱਕ ਦਿਨ ਸਭ ਨੇ ਜਾਣਾ, ਬਿਨਸਨ ਹਾਰ ਸੰਸਾਰ ਦਾ ਪਦਾਰਥ ਕਿਉਂ ਮੰਗੀਏ? ਜਿਸ ਨੇ ਅੱਜ ਨਹੀਂ ਕੱਲ ਬਿਨਸ ਜਾਣਾ, ਉਹ ਕੀ ਮੰਗਣਾ ਗੁਰੂ ਤੋਂ? ਗੁਰੂ ਤੋਂ ਮੰਗੋ ਤਾਂ ਸੱਚ ਮੰਗੋ, ਸਦੈਵ ਮੰਗੋ, ਹਮੇਸ਼ਾ ਦੀ ਵਸਤੂ ਮੰਗੋ, ਅਵਨਾਸੀ ਦਾਤ ਮੰਗੋ। ਇਸ ਵਾਸਤੇ ਗੁਰਮੁਖਾ ਗੁਰੂ ਤੋਂ ਇਹ ਚੀਜ਼ਾਂ ਮੰਗਦਿਆਂ ਤਾਂ ਸ਼ਰਮ ਆਉਂਦੀ ਹੈ। ਗੁਰੂ ਤੋਂ ਤਾਂ ਐਸੀ ਦਾਤ ਮੰਗੀਏ ਜਿਸ ਦਾਤ ਨੂੰ ਮੰਗ ਕੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਐਸੀ ਦਾਤ ਮੰਗੀਏ ਕੋਈ ਕਾਮਨਾ ਅਧੂਰੀ ਰਹਿ ਹੀ ਨਾ ਜਾਵੇ। ਮੈਂ ਕਿਆ ਮੰਗੋ, ਕੀ ਮੰਗੀਏ ਦੁਨੀਆਂ ਵਾਲਾ? ਕਿਛ ਥਿਰ ਨਾ ਰਹਾਈ, ਕਿਉਂਕਿ ਦੁਨੀਆਂ ਦਾ ਕੁਛ ਵੀ ਪਦਾਰਥ ਥਿਰ ਨਾ ਰਹਾਈ, ਥਿਰ ਨਹੀਂ ਰਹੇਗਾ। ਕੀ ਮੰਗੀਏ? ਹਰ ਦੀ ਜੈ ਨਾਮ ਪਿਆਰੀ ਜੀਓ, ਹੇ ਵਾਹਿਗੁਰੂ ਆਪਣਾ ਪਿਆਰਾ ਨਾਮ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮੰਗੀਏ ਭਾਈ, ਗੁਰੂ ਕੇ ਸਿੱਖ ਨੇ ਗੁਰਮੁਖ ਦੇ ਦੀਦਾਰ ਕੀਤੇ, ਗੁਰਮੁਖ ਦੇ ਬਚਨ ਸੁਣੇ, ਸਤਿਗੁਰ ਕੀ ਬਾਣੀ
ਸਤ ਸਰੂਪ ਹੈ। ਗੁਰਬਾਣੀ ਬੜੀਆਂ ਦੀ ਪ੍ਰੇਰਨਾ ਲੈ ਕੇ ਧੰਨ ਧੰਨ ਹੋ ਗਿਆ ਇਹ ਗੁਰੂ ਕਾ ਸਿੱਖ। ਹੁਣ ਭਾਈ ਦੁੱਖ ਤਾਂ ਹੈ ਪੁੱਤ ਦਾ ਮਰਨਾ, ਗੱਭਰੂ ਨੌਜਵਾਨ ਡੋਲੇ ਵਾਲੇ ਦਿਨ ਉਹ ਪੁੱਤ ਚੜ੍ਹਾਈ ਕਰ ਗਿਆ, ਦੁੱਖ ਤਾਂ ਹੈ ਭਾਈ ਅਸੀਂ ਵੇਖ ਲਈਏ ਭਾਈ। 15 ਸਾਲ 18 ਸਾਲ ਦਾ ਪਤਾ ਹੀ ਨਹੀਂ ਕਿੰਨੀਆਂ ਜੰਗੇ ਮੈਦਾਨ ਵਿੱਚ ਗੋਲੀਆਂ ਵੱਜੀਆਂ, ਤੀਰ ਵੱਜੇ, ਬਰਛੇ ਮਾਰੇ, ਖਿੱਚ ਖਿੱਚ ਕੇ ਛਾਤੀ ਚ ਤਲਵਾਰ ਦੇ ਨਾਲ ਟੁਕੜੇ ਟੁਕੜੇ ਕਰ ਦਿੱਤਾ ਸਾਹਿਬ। ਬਾਬਾ ਜੁਝਾਰ ਸਿੰਘ ਜੀ ਸਾਹਿਬ, ਬਾਬਾ ਅਜੀਤ ਸਿੰਘ ਜੀ, ਪਰ ਗੁਰੂ ਕਲੰਗੀ ਧਰਦ ਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਯਾਕਾਰੇ ਛੱਡੀ ਜਾਂਦੇ ਹੈ। ਅਸੀਂ ਕਹਿ ਦਿੰਦੇ ਹਾਂ ਭਾਈ ਵੀ ਜਕਾਰੇ ਛੱਡੇ ਮਹਾਰਾਜ ਨੇ, ਉਹ ਸੂਰਮੇ ਗੁਰੂ ਦੇ ਸੂਰਮੇ ਪੁੱਤਰ ਸਨ ਭਾਈ, ਤੇ ਸੂਰਮਿਆਂ ਦੇ ਮਰਨੇ ਤੇ ਜੋ ਸੂਰਮੇ ਕਰਦੇ, ਮਰਨਾ ਮਨਸਾ ਸੂਰਿਆ ਹੱਕ ਹੈ, ਉਹ ਹੱਕ ਸੂਰਮਿਆਂ ਦਾ ਹੁੰਦਾ ਹੈ ਭਾਈ। ਸੂਰਮੇ ਆਪਣਾ ਹੱਕ ਮੈਦਾਨੇ ਜੰਗ ਵਿੱਚ ਲੈਂਦੇ ਹੈ, ਤੇ ਸੂਰਮਿਆਂ ਦੇ ਮਰਨੇ ਤੇ ਸੂਰਮੇ ਜਕਾਰੇ ਛੱਡਦੇ ਆ ਭਾਈ, ਚਾਹੇ ਪੁੱਤ ਕਿਉਂ ਨਾ ਹੋਵੇ, ਚਾਹੇ ਬਾਪ ਕਿਉਂ ਨਾ ਹੋਵੇ। ਉਹ ਮਰਦ ਅਗਮੜੇ ਦੇ ਮਰਦ ਸਪੂਤ ਗੁਰੂ ਕਲੰਗੀਧਰ ਪਿਤਾ ਜੀ ਦੇ ਸਨ, ਉਹਨਾਂ ਨੇ ਜਕਾਰੇ ਛੱਡੇ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਨੇ, ਪਰ ਦੁੱਖ ਤਾਂ ਹੈ ਭਾਈ ਇਹ ਨਾ ਸੋਚਣਾ ਪੁੱਤ ਮਰੇ ਹੈ, ਕਿਹਨੂੰ ਨੀ ਦੁੱਖ ਹੋਵੇਗਾ। ਪਰ ਪਾਤਸ਼ਾਹ ਜੀ ਦਾ ਮਹਾਂਵਾਕ ਹੈ ਭਾਈ, ਇਹੋ ਜਿਹਾ ਸਿਦਕੀ, ਇਹੋ ਜਿਹਾ ਸੂਰਮਾ, ਇਹੋ ਜਿਹਾ ਸਾਹਸੀ, ਐਸਾ ਮਰਦ ਕਿ ਦੁੱਖ ਨਹੀਂ ਮੰਨੈ। ਦੁੱਖ ਤਾਂ ਹੈ, ਦੁੱਖ ਨਹੀਂ ਮੰਨੈ, ਦੁੱਖ ਮੰਨਦਾ ਨਹੀਂ। ਦੁੱਖ ਕੀ ਹੁੰਦਾ ਹੈ ਇਹ ਜਾਣਦਾ, ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਇੱਕ ਇੱਕ ਹੀ ਨਿੱਤ। ਭਾਈ ਦੁੱਖ ਕਿੱਥੇ ਹੈ, ਇਹ ਤਾਂ ਸਭ ਸੁੱਖ ਹੀ ਹੈ ਰੇ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਇਹ ਤਾਂ ਕੱਪੜੇ ਆ ਸਰੀਰ ਦੇ, ਕਦੇ ਸੁੱਖ ਹੋ ਗਿਆ ਕਦੇ ਦੁੱਖ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਬ੍ਰਹਮ ਗਿਆਨੀ ਕੈਸਾ ਹੁੰਦਾ ਭਾਈ, ਅੰਦਰਲੀ ਟਿੱਕੀ ਅਵਸਥਾ ਕੈਸੀ ਹੁੰਦੀ ਹੈ ਭਾਈ। ਦੁੱਖ ਤਾਂ ਹੈ, ਬੰਦ ਬੰਦ ਕਟਾ ਰਿਹਾ, ਉਹ ਗੁਰਮੁਖਾ ਗੁੱਟਨੀ 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 ਵੱਢਣਾ, ਤੈਨੂੰ ਤੇਰੇ ਆਕਾ ਦਾ ਹੁਕਮ ਹੈ, ਉਂਗਲ ਦੇ 3 ਬੰਦ ਵੱਢਣੇ ਹੈ, ਤੇ 3 ਬੰਦ 1 2 3 ਇਹਨਾਂ 3 ਨੂੰ ਵੱਢ, ਫਿਰ ਦੂਸਰੀ ਉਂਗਲ ਨੂੰ ਵੱਢੀ, ਫਿਰ ਤੀਸਰੀ ਨੂੰ ਵੱਢੀ, ਫਿਰ ਚੌਥੀ ਨੂੰ, ਫਿਰ ਅੰਗੂਠੇ ਨੂੰ, ਫਿਰ ਗੁੱਟ ਵੱਢੀ, ਫਿਰ ਕੂਹਣੀ ਤੋਂ ਵੱਢ ਭਾਈ, ਫਿਰ ਮੋਢੇ ਤੋਂ ਲਾਹੀ। ਐਦਾਂ ਗੁਰੂ ਕੇ ਸਿੱਖ ਦਾ ਹੱਥ ਜਿੰਨਾ ਚਿਰ ਚੱਲਦਾ ਰਿਹਾ, ਸੁਖਮਣੀ ਆਰੰਭ ਕਰ ਦਿੱਤੀ। ਆਦਿ ਗੁਰ ਇਹ ਨਮ ਹੈ, ਜੁਗਾਦ ਗੁਰ ਇਹ ਨਮ ਹੈ, ਸਤਿਗੁਰ ਇਹ ਨਮ ਹੈ, ਦੱਸ ਦੱਸ ਕੇ ਨਾਲ ਬਾਣੀ ਪੜੀ ਗਿਆ, ਨਾਲ ਗੁੱਟਾਂ ਤੇ ਹੱਥ ਜਿੰਨਾ ਚਿਰ ਚੱਲਦਾ ਰਿਹਾ ਹੱਥ, ਉਹਨਾਂ ਚਿਰ ਦੱਸ ਦੱਸ ਕੇ ਇੱਥੋਂ ਇੱਥੋਂ ਭਾਈ ਗੁਰਮੁਖਾ ਇੱਥੋਂ ਇੱਥੋਂ ਦੇਖ, ਗੁਰੂ ਕੇ ਸਿੱਖ ਵਿੱਚੋਂ ਤੈਨੂੰ ਹੋਰ ਕੁਛ ਦਿਸਦਾ। 4 ਟੋਕਰਿਆਂ 'ਚ ਪਾ ਦਿੱਤਾ ਗੁਰਮੁਖ, ਪਰ 4 ਟੋਕਰਾਂ 'ਚੋਂ ਆਵਾਜ਼ ਆਈ ਸੁਖਮਣੀ ਸਾਹਿਬ ਦੀ, ਅੱਜ ਇਹ ਸਾਖੀਆਂ ਸੁਣਾਉਣੀਆਂ ਸੌਖੀਆਂ, ਇਹਨਾਂ ਤੇ ਕਿੰਤੂ ਕਰਨਾ ਉਦੋਂ ਵੀ ਸੌਖਾ, ਇਹ ਕਿਵੇਂ ਹੋ ਜਾਏਗਾ, ਇਹ ਨਹੀਂ ਹੋ ਸਕਦਾ। ਸਾਂਕਾ ਕਰਨਾ ਬੜਾ ਸੌਖਾ ਹੈ ਭਾਈ, ਸਾਂਕਾ ਤਾਂ ਕਰ ਲਓ, ਪਰ ਦੱਸ ਕੇ ਬੰਦ ਬੰਦ ਕਟਾਉਣਾ ਕਿਹੜਾ ਸੌਖਾ ਪਿਆ, ਇਹ ਦੱਸ ਕੇ 3 ਬੰਦ ਕੱਟ ਭਾਈ। 4 ਟੋਕਰਾਂ 'ਚੋਂ ਕਹਿ ਦਿੱਤਾ ਵੀ ਸੁਖਮਣੀ ਦੀ ਆਵਾਜ਼ ਨਹੀਂ ਆਈ, ਚੱਲ ਮੰਨ ਲਾ ਨਹੀਂ ਆਈ, ਬੰਦ ਬੰਦ ਕੱਟੀ ਜਾਣ ਟਾਈਮ ਇਧਰਲੇ ਕੂਹਣੀ ਤੱਕ ਮੋਢੇ ਤੱਕ ਕੱਟ ਦਿੱਤਾ, ਖੱਬਿਓਂ ਕੱਟ ਦਿੱਤਾ, ਸੱਜਿਓਂ ਪੈਰ ਦੇ ਅੰਗੂਠੇ ਤੋਂ ਲੈ ਕੇ ਕੱਲੀ ਧੜ ਬਾਕੀ ਰਹਿ ਗਈ। ਉਸ ਟਾਈਮ ਵੀ ਸੁਖਮਣੀ ਸਾਹਿਬ ਦੀ ਆਵਾਜ਼ ਸੁਣੇ, ਜਲਾਦ ਇਹ ਛੋਟੀ ਗੱਲ ਹੈ, ਇਸ ਨੂੰ ਕਰਾਮਾਤ ਨਹੀਂ ਮੰਨਦੇ ਕੋਈ, ਇਹ ਸ਼ਕਤੀ ਨਹੀਂ ਹੈ, ਇਹ ਕਲਾ ਨਹੀਂ ਹੈ। ਉਸ ਟਾਈਮ ਤਾਂ ਹੀ ਸੁਖਮਣੀ ਦਾ ਆਵਾਜ਼ ਆਈ ਜਾਵੇ, ਜਦੋਂ ਤੱਕ ਸਿਰ ਨਾ ਲੈ ਗਿਆ ਇਹ ਸ਼ਕਤੀ ਨਹੀਂ ਹੈ।
ਤੇ ਸਿਰ ਲਹੇ ਤੋਂ ਜੇ ਟੋਕਰੇ ਚੋਂ ਆਵਾਜ਼ ਆਉਣ ਲੱਗ ਗਈ, ਭਾਈ ਕਿਵੇਂ ਨਹੀਂ ਮੰਨਾਂਗੇ ਸੰਗਤ ਜੀ, ਕਿਵੇਂ ਨਹੀਂ ਮੰਨਾਂਗੇ। ਜੇ ਸਿਰ ਲੈਂਦੇ ਤੱਕ ਸੁਖਮਣੀ ਦੀ ਆਵਾਜ਼ ਆਈ ਜਾਂਦੀ ਹੈ ਤਾਂ ਟੋਕਰਿਆਂ ਚੋਂ ਵੀ ਆਵਾਜ਼ ਆਈ ਜਾਂਦੀ ਹੈ। ਮੇਰੀ ਤਾਂ ਭਾਵਨਾ ਮੰਨਦੀ ਹੈ ਇਹ ਗੱਲ, ਭਾਈ ਮੰਨੂਗੀ ਯਾਰ, ਕਿਉਂਕਿ ਗੁਰਬਾਣੀ ਦੀ ਇਹ ਤਾਕਤ ਹੈ। ਸੂਰਬੀਰ ਬਚਨ ਕੇ ਬਲੀ ਹੁੰਦੇ ਹੈ, ਉਹ ਬਲੀ ਸੂਰਮੇ ਅਧੂਰਾ ਨਹੀਂ ਕੰਮ ਛੱਡਦੇ ਹੁੰਦੇ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਕੁਛ ਘਾਟ ਵੱਧ ਨਹੀਂ ਹੁੰਦੀ ਪੂਰੇ ਦੇ ਕਰਮਾਂ ਚ, ਉਹ ਪੂਰੇ ਹੁੰਦੇ ਆ। ਸੁਖਮਨੀ ਸਾਹਿਬ ਦਾ ਪੂਰਾ ਪ੍ਰਭ ਆਰਾਧਿਆ, ਪੂਰਾ ਯਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸੁਖਮਨੀ ਸਾਹਿਬ ਜੀ ਦਾ ਪੂਰਾ ਪਾਠ ਕੀਤਾ ਗੁਰਮੁਖ ਨੇ, ਚਾਰ ਟੋਕਰਿਆਂ ਚੋਂ ਸੁਖਮਨੀ ਸਾਹਿਬ ਜੀ ਦੀਆਂ ਆਵਾਜ਼ਾਂ ਆਈਆਂ। ਇਹ ਆ ਭਾਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ। ਸੰਗਤ ਜੀ, ਖੋਪੜ ਲਾਤਾ ਖੋਪੜ ਗੁਰਸਿੱਖ ਦਾ, ਜਪ ਜੀ ਪੜ੍ਹੀ ਗਿਆ, ਕਹਿੰਦਾ ਉਹ ਤਾਰੂ ਸਿਆਂ ਕੀ ਖੱਟਿਆ ਗੁਰਸਿੱਖੀ ਵਿੱਚੋਂ, ਮੈਨੂੰ ਤੇਰੇ ਤੇ ਤਰਸ ਆਉਂਦਾ, ਨੌਜਵਾਨ ਸੋਹਣਾ ਸੁਨੱਖਾ ਗੱਭਰੂ ਹੈ, ਮੈਂ ਚਾਹੁੰਦਾ ਜੇ ਤੂੰ ਇਸਲਾਮ ਕਬੂਲ ਲਵੇ, ਆ ਮੇਰਾ ਕਾਜੀ ਆਪਣੀ ਲੜਕੀ ਦਾ ਰਿਸ਼ਤਾ ਨਿਕਾਹ ਤੇਰੇ ਨਾਲ ਕਰਨ ਨੂੰ ਲੋਚਦਾ, ਉਹ ਤੇਰੇ ਵਰਗਾ ਸੋਹਣਾ ਸੁਨੱਖਾ ਗੱਭਰੂ ਮੁੜ ਕੇ ਦੁਨੀਆਂ ਤੇ ਪੈਦਾ ਨਹੀਂ ਹੋਣਾ, ਮੈਂ ਨਹੀਂ ਚਾਹੁੰਦਾ ਤੈਨੂੰ ਮਾਰ ਦੇਣਾ, ਪਰ ਸਿੱਖੀ ਵਿੱਚੋਂ ਖੱਟਿਆ ਕੀ ਹੈ ਤੁਸੀਂ ਦੱਸੋ ਤਾਂ ਸਹੀ, ਮਿਲਿਆ ਕੀ ਹੈ ਤੁਹਾਨੂੰ ਅੱਜ ਤਾਈ। ਮੁਸਲਮਾਨ ਹੋ ਜਾ, ਸਭ ਸੁੱਖ ਮਿਲਣਗੇ, ਸਰਕਾਰੇ ਦਰਬਾਰੇ ਤੇਰੀ ਹਰ ਪ੍ਰਕਾਰ ਦੀ ਸੁਣੀ ਮੰਨੀ ਜਾਏਗੀ। ਗੁਰੂ ਕਾ ਸਿੱਖ ਹੱਸ ਕੇ ਕਹਿਣ ਲੱਗਾ, ਸੂਬੇਦਾਰ ਕਹਿਣ ਲੱਗਾ, ਮੈਂ ਤੇਰੇ ਤੇ ਮਿਹਰਬਾਨ ਹੈ, ਤੇਰੇ ਤੇ ਮੈਂ ਮਿਹਰਬਾਨ ਹੈ। ਤਾਂ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਜੀ ਕਹਿਣ ਲੱਗਾ, ਕਹਿ ਸਿੰਘ ਜੇ ਤੂੰ ਹੈ ਮਿਹਰਬਾਨ। ਗੁਰੂ ਕੇ ਸਿੱਖ ਨੇ ਆਖਿਆ, ਸੂਬੇਦਾਰਾ ਤੂੰ ਮੇਰੇ ਤੇ ਮਿਹਰਬਾਨ ਹੈ, ਤੂੰ ਮਿਹਰਬਾਨ ਹੈ ਮੇਰੇ ਤੇ। ਕਹਿੰਦਾ ਪੂਰਾ ਮਿਹਰਬਾਨ ਹੈ ਤੇਰੇ ਤੇ ਮੈਂ। ਕਹਿੰਦਾ ਜੇ ਤੂੰ ਮੇਰੇ ਤੇ ਮਿਹਰਬਾਨ ਹੈ, ਗੁਰੂ ਕਾ ਸਿੱਖ ਕਹਿਣ ਲੱਗਾ, ਜੇ ਤੂੰ ਵਾਕਈ ਮੇਰੇ ਤੇ ਮਿਹਰਬਾਨ ਹੈ ਤਾਂ ਨਾ ਕਹਿ ਮੋਹੇ ਹੋ ਮੁਸਲਮਾਨ, ਫਿਰ ਹੁਣ ਦੁਬਾਰੇ ਆਪਣੇ ਮੁੱਖ ਚੋਂ ਇਹ ਨਾ ਆਖੀ ਕਿ ਤੂੰ ਮੁਸਲਮਾਨ ਹੋ ਜਾ, ਇਹ ਨਾ ਆਖੀ ਮੁੱਖ ਤੋਂ, ਮੈਂ ਮੰਨਦਾ ਤੂੰ ਮੇਰੇ ਤੇ ਮਿਹਰਬਾਨ ਹੈ, ਇਹ ਮਿਹਰਬਾਨੀ ਕਰ, ਮੂੰਹ ਇਹ ਬਚਨ ਨਾ ਆਖੀ, ਹੋਰ ਤੂੰ ਜੋ ਕਰਨਾ ਤੂੰ ਕਰ ਸਕਦਾ। ਕਹਿਣ ਲੱਗਾ ਜਿਹੜੇ ਕੇਸਾਂ ਦਾ ਬਹੁਤਾ ਮਾਣ ਕਰਦਾ, ਮੈਂ ਪਹਿਲਾਂ ਇਹ ਇਹਨਾਂ ਨੂੰ ਕੈਂਚੀ ਨਾਲ ਕਤਲ ਕਰਾਵਾਂਗਾ। ਗੁਰੂ ਕਾ ਸਿੱਖ ਕਹਿਣ ਲੱਗਾ, ਇਹ ਗੁਰੂ ਕਲੰਗੀ ਧਰ ਦਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਦੀ ਮੋਹਰ ਹੈ, ਅਰ ਮੇਰੀ ਮਾਂ ਦੀ ਇਹ ਅਮਾਨਤ ਹੈ, ਮੇਰੀ ਮਾਂ ਨੇ ਮੈਨੂੰ ਦਹੀਂ ਨਾ ਨਵਾਇਆ, ਮੱਖਣੀ ਨਾ ਮੇਰੇ ਰੋਮ ਪਾਲਿਆ, ਮੇਰੀ ਮਾਂ ਨੇ ਮੈਨੂੰ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾ ਸੁਣਾ ਇਹ ਮੇਰੇ ਰੋਮ ਵਾਹੇ ਹੈ, ਸਵਾਰੇ ਹੈ, ਮੈਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸ਼ਹੀਦਾਂ ਦੀਆਂ ਯਾਦਾਂ ਸੁਣਾ ਸੁਣਾ, ਮੇਰੇ ਸਿਰ ਤੇ ਕੇਸ ਕੀ ਕੇਸ ਦਸਤਾਰੇ ਸਜਾਏ ਮੇਰੀ ਮਾਂ ਨੇ, ਤੇ ਮੇਰੀ ਮਾਂ ਨੇ ਮੈਨੂੰ ਇਹ ਕਹਿ ਕੇ ਤੋਰਿਆ, ਤਾਰੂ ਸਿੰਘਾ ਜਿੱਧਰ ਨੂੰ ਜਿਹੜੇ ਰਾਹ ਤੂੰ ਚੱਲਿਆ, ਸਿੱਖ ਇਸ ਰਸਤੇ ਜਾਂਦੇ ਰਹੇ ਹੈ, ਜਿਹੜਾ ਕੁਛ ਤੇਰੇ ਨਾਲ ਹੋਇਆ ਸਿੱਖਾਂ ਨਾਲ ਇਹ ਹੁੰਦਾ ਰਿਹਾ ਹੈ, ਜੋ ਤੇਰੇ ਨਾਲ ਹੋਵੇਗਾ ਉਹ ਸਿੱਖਾਂ ਨਾਲ ਹੋ ਚੁੱਕਿਆ ਹੈ, ਤੇਰੇ ਨਾਲ ਹੋਵੇਗਾ। ਪੁੱਤਰਾ ਤੇਰਾ ਬੰਦ ਬੰਦ ਕੱਟਿਆ ਜਾਵੇ, ਆਰੇ ਨਾਲ ਤੂੰ ਚੀਰ ਦਿੱਤਾ ਜਾਵੇਂ, ਚਰਖੜੀ ਤੇ ਤੈਨੂੰ ਚਾੜ ਦਿੱਤਾ ਜਾਵੇ। ਪਰ ਬੱਚੇ ਮੈਂ ਇਹ ਤਾਂ ਸੁਣਾ, ਤਾਰੂ ਸਿੰਘ ਦਾ ਬੰਦ ਬੰਦ ਕੱਟ ਦਿੱਤਾ, ਮੈਂ ਇਹ ਤਾਂ ਸੁਣਾ ਤਾਰੂ ਸਿੰਘ ਚੀਰਿਆ ਗਿਆ। ਮਾਂ ਕਹਿ ਰਹੀ ਹੈ, ਪੁੱਤਰਾ ਮੈਂ ਇਹ ਨਾ ਸੁਣਾ ਕਿ ਤਾਰੂ ਸਿੰਘ ਨੇ ਤਾਰੂ ਸਿੰਘ ਦੇ ਸਿਰ ਤੋਂ ਜੂੜਾ ਲੈ ਗਿਆ, ਤਾਰੂ ਸਿੰਘ ਦੇ ਮਸ਼ਹਿਰੇ। ਪੁੱਤਰਾ ਮੈਂ ਇਹ ਆਵਾਜ਼ ਨਾ ਸੁਣਾ
मैं ये सुनना पसंद कर दिया क्यों, क्योंकि मैं एक शहीद दी धर्म सपत्नी हाँ। भैन आ गई, भैन ने भी यही आख्या, हे भरावा जिथे मैं माण कर दिया मैं शहीद दी पत्नी हाँ, जिथे मैं माण कर दिया मैं शहीद दी धी हाँ, उथे मैं ये भी माण करा मैं शहीद दी भैन हाँ, ये माण करा भी मेरा भरा सिखी केसा सुहासा संग नभाउंदिआं शहीदी पा गया। इस तों अगे कुछ नहीं सुनना पसंद करदी, ये सिखी है भाई। ते गुरु का सिख कह रहा कचहरी सूबे दी विच सूबेदारा, ओ मेरी मां दी इमानत गुरु दी मोहर केस, जेड़ा इन्हां केसां नूं कट्टण दा जो इन्हां दे बुरा सोचण दा सुपना लएगा उहनूं जुत्ती अगे ला के नरकां च बाड़ के जाऊं, नरकां च बाड़ के जाऊं। इह गुरु के सिख ने, इह हुंदा गुरु दा भरोसा, इह सिदक है सिखी दा। फिर गुरु बांह किस तरह फड़दा है, केस कट्टे नहीं गए संगत जी, केस नहीं कट्टे गए, इतिहास गवाह है। कहन लगा नहीं कट्टे जांदे, खोपड़ ही ला लो इस दा, पर मैं इस दे सिर ते केस नहीं बर्दाश्त कर सकता। यह केस ना बर्दाश्त करन दा अज तो नहीं है भाई, ये परंपरा तो ही तुरी आउंदी मर्याद है। ये केसा वालियां नूं बर्दाश्त नहीं कीता गया, मुल पिया ता उन्हां दा पिया जिन्हां दे सिर ते केस सन, मुल किन्हां दा पिया जिन्हां दे मशहरे दाड़ा मुख ते प्रकाश सी, ओ वखा वखा के मुल लैंदे रहे ने, आ वेखो जी दाड़ा केस दसन वाले नूं 80 रुपये दे, दसन वाले नूं 20 रुपये, फड़ाउण वाले नूं 50 रुपये, मार के सिर वढ के लैण आउण वाले नूं 80 रुपये मुल पैंदा रहा इस मर्द वाले सरूप दा, जिहड़ा गुरु कलंगी धर मर्द अगंबड़े ने बख्शिश कीता मर्द दा रूप। ते इह मर्द दा रूप है संगत जी, साबत सूर दस्तार सिरा, मर्द दा सरूप संभालिया किवें जांदा है, संभालिया भी मर्द बन के जांदा है, नाई दी दुकान ते जाके नहीं, ये मर्द संभालदा, मर्द इस नूं, ये हीजड़िया दा सरूप नहीं है, ये औरत दा सरूप नहीं है, ये मर्द दा सरूप है। और मर्द अगमड़े गुरु कलंगी धर दशमेश पिता जी दा मर्द पुत्र खालसा कचहरी विच कह रहा, जेड़ा इन्हां रोमां दी बेअदबी करू उस नूं नरकां च वार देवांगे जुत्तियां मार मार। ते ओ गुरु के सिख दा खोपड़ उतार दिता जदों, 22 दिन गुरु का सिख भाई तारू सिंह जिउंदा रहा, जप जी साहिब दे पाठ बन पै गया सूबे नूं, उस टाइम ही लगा कर लाउण उपाचार कीते, वैदां आदकां नूं सद, कोई इलाज ना होया। अखीर ते कहन लगा काजी साहब, जदों दा ओ गुरु के सिख नूं सजा दित्ती है उदों दी खुदा दी मेरे ते इह कुरूपी वरती है, कोई उसे नूं पुछो। फिर सवेग सिंह जी नूं भेजिया, सवेग सिंह जी ने जा बेनती कीती, ऐ भाई तारू सिंह जी ऐसी कला वरत चुकी है गुरु खालसे गुरु कलंगी धर दशमेश पिता जी दी, उदों तो लैके काजी नूं बन पै चुका है, इस सूबेदार नूं बन पै चुका, दुखी है, तड़फी जांदा है, हुण तुहाडे कोल भेजिया, तुसीं बख्श दिओ उस नूं। गुरु का खालसा कहन लगा, बख्शन वाला तां गुरु है, गुरु दा पंथ है, गुरु दा पंथ बख्शन वाला है, क्योंकि खालसा दयालु है, खालसा किसे दा दुख नहीं सहारदा, बर्दाश्त करदा। उस टाइम गुरु के पंथ की खोज करके जस्सा सिंह आलू वालिया
ਪਹੁੰਚੇ ਨੇ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੂ ਖਾਲਸੇ ਦੇ ਦੀਦਾਰ ਕੀਤੇ। ਪਹਿਲਾਂ ਤਨਖਾਹ ਲਵਾਈ ਗੁਰੂ ਖਾਲਸੇ ਤੋਂ ਕਿ ਮੈਂ ਸਰਕਾਰੀ ਨੌਕਰੀ ਕਰਦਾ ਆਇਆ ਤੁਰਕਾਂ ਦੀ, ਇਹ ਮਰਿਆਦਾ ਸੀ ਪੰਥ ਦੀ। ਜੋ ਪੰਥ ਵਿੱਚ ਆ ਕੇ ਕੋਈ ਬਾਟੇ ਦੀ ਸਾਂਝ ਕਰਦਾ ਉਸ ਨੂੰ ਤਨਖਾਹ ਲਾਈ ਜਾਂਦੀ। ਪਹਿਲਾਂ ਤਨਖਾਹ ਲਾਉਣ ਤੋਂ ਉਪਰੰਤ ਫਿਰ ਇਸ ਨੇ ਖਾਲਸੇ ਦੇ ਨਾਲ ਮਿਲ ਕੇ ਸਾਰਾ ਗੁਰਮਤਾ ਵਿਚਾਰਿਆ। ਫਿਰ ਗੁਰੂ ਖਾਲਸੇ ਨੇ ਕਿ ਨਵਾਬੀ ਦੀ ਖਿਲਤ ਬਾਦਸ਼ਾਹ ਭੇਟ ਕਰਦਾ, ਗੁਰੂ ਖਾਲਸੇ ਨੂੰ ਜਿਹਨੂੰ ਆਖਣ ਕੇ ਚਲੋ ਤੁਸੀਂ ਨਵਾਬ ਬਣ ਜਾਓ, ਗੁਰੂ ਕੇ ਖਾਲਸੇ ਕਹਿਣ ਜੁੱਤੀ ਦੀ ਨੋਕ, ਅਸੀਂ ਹਨੇ ਹਨੇ ਪਾਤਸ਼ਾਹ ਕੀਤੇ ਹਾਂ ਗੁਰੂ ਕਲਗੀਧਰ ਜੀ ਨੇ, ਅਸੀਂ ਇੱਕ ਸੂਬੇਦਾਰ ਦੀ ਦਿੱਤੀ ਨਵਾਬੀ, ਅਸੀਂ ਜੁੱਤੀ ਦੀ ਨੋਕ ਨਾ ਠਕਰਾਉਣੀ ਇਹੋ ਜਿਹੀਆਂ ਨਵਾਬੀਆਂ। ਅਖੀਰ ਤੇ ਗੁਰੂ ਕੇ ਸਿੱਖ ਸਵੇਗ ਸਿੰਘ ਜੀ ਨੇ ਸਮਝਾਇਆ, ਖਾਲਸਾ ਜੀ ਇਹ ਕੋਈ ਸੁੱਖ ਕੇ ਦਿੱਤਾ ਹੈ ਆਪਾਂ ਨੂੰ ਵੀ ਆਪਾਂ ਜੰਗਲਾਂ ਵਿੱਚ ਹੀ ਰਹਿਣਾ, ਆਪਾਂ ਲੜਦੇ ਮਰਦੇ ਹੀ ਰਹਿਣਾ, ਜੇ ਆਪਾਂ ਨੂੰ ਟਾਈਮ ਮਿਲਦਾ ਆਪਾਂ ਓਨਾ ਟਾਈਮ ਕਿਤੇ ਇੱਕ ਜਗ੍ਹਾ ਤੇ ਟਿਕ ਕੇ ਕੋਈ ਆਮਦਨ ਹੋਵੇਗੀ ਆਪਣੇ ਕੋਲ, ਆਪਾਂ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਲਵਾਂਗੇ। ਜੇ ਅੱਜ ਸਰਕਾਰਾਂ ਆਪਣੀ ਈਣ ਮੰਨਦੀਆਂ ਤਾਂ ਆਪਣਾ ਇਸ ਵਿੱਚ ਹਰਜ ਵੀ ਕੀ ਹੈ। ਉਸ ਟਾਈਮ ਗੁਰੂ ਕੇ ਪੰਥ ਨੇ ਵਿਚਾਰ ਕੀਤੀ, ਗੁਰਮਤਾ ਠੀਕ ਹੈ, ਟਿਕਣ ਦਾ ਟਾਈਮ ਹੈ, ਪੰਥ ਦਾ ਬੋਲਬਾਲਾ ਕਾਇਮ ਹੋਵੇਗਾ। ਇਹ ਵਿਚਾਰ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਮਤਾ ਸਾਧਨ ਵਾਸਤੇ ਪੰਥ ਇਕੱਠਾ ਹੋਇਆ। ਗੁਰਮਤਾ ਚੱਲ ਰਿਹਾ, ਪਾਠੀ ਸਿੰਘ ਨੂੰ ਆਖਿਆ ਗੁਰਮੁਖੋ ਅਕਾਲ ਤਖ਼ਤ ਸਾਹਿਬ ਤੋਂ ਕੀ ਆਵਾਜ਼ਾਂ ਆ ਰਹੇ ਹੈ। ਉਧਰੋਂ ਗੁਰੂ ਕੇ ਸਿੱਖ ਨੇ ਅੰਮ੍ਰਿਤ ਗੁਰਬਾਣੀ ਦਾ ਪਾਠ ਸਰਵਣ ਕਰਾਇਆ। ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਹਿਬ ਕਿਰਪਾਲ, ਏਦਾਂ ਜਦੋਂ ਇਹ ਆਵਾਜ਼ਾਂ ਸੁਣਿਆ ਜਾ ਕੋ ਸਾਧ ਕਿਰਪਾਲ, ਜਿਹਨੂੰ ਸਾਧੂ ਕਿਰਪਾਲ ਹੋ ਜਾਂਦਾ ਭਾਈ ਉਹਨੂੰ ਟਹਿਲ ਮਹਿਲ। ਫਿਰ ਉਸ ਟਾਈਮ ਸਾਧੂ ਗੁਰੂ ਕੇ ਖਾਲਸੇ ਨੇ ਵਿਚਾਰਿਆ ਕਿ ਹੁਣ ਟਹਿਲ ਕੌਣ ਕਰ ਰਹੇ ਹੈ। ਅਕਾਲ ਤਖ਼ਤ ਦੀ ਆਵਾਜ਼ ਅੰਮ੍ਰਿਤ ਗੁਰਬਾਣੀ ਦੀ, ਤੇ ਉਸ ਟਾਈਮ ਪੂਰੀ ਮਸਤੀ ਦੇ ਵਿੱਚ ਆ ਕੇ ਗੁਰਮੁਖ ਪਿਆਰਾ ਨਵਾਬ ਕਪੂਰ ਸਿੰਘ ਜੀ ਉਹ ਪੱਖੇ ਦੀ ਸੇਵਾ ਕਰੀ ਜਾ ਰਿਹਾ ਫੈਜ਼ਲਪੁਰੀਆ ਗੁਰਮੁਖ। ਬੜੀ ਜ਼ੋਰ ਜ਼ੋਰ ਨਾਲ ਪੱਖਾ, ਬੜੀ ਦੂਰ ਤੱਕ ਹਵਾ ਚੱਲ ਰਹੀ ਹੈ। ਗੁਰੂ ਕਾ ਖਾਲਸਾ ਬੈਠਾ ਸਮਾਧੀਆਂ ਲਾਈ, ਉਸੇ ਟਾਈਮ ਕਹਿਣ ਲੱਗੇ ਭਾਈ ਟਹਿਲ ਤਾਂ ਫਿਰ ਇਸ ਟਾਈਮ ਹੁਣ ਆਪਣੇ ਵਿੱਚ ਗੁਰੂ ਕਾ ਸਿੱਖ ਫੈਜ਼ਲਪੁਰੀਆ ਗੁਰਮੁਖ ਪਿਆਰਾ ਕਪੂਰ ਸਿੰਘ ਜੀ ਕਮਾ ਰਹੇ ਹੈ। ਇਹ ਆ ਪੰਥ ਦਾ ਦਿਆਲੂ ਕਿਰਪਾਲੂ ਵਿਸਾਲ ਦਿਲ, ਜੋ ਦੀ ਸਾਹਿਬ ਸਿੱਖੜਾ ਤੁਸੀਂ ਨਿਮ ਨਿਮ ਲਾਗੋ ਪਾਏ ਜੀਓ। ਉੱਥੇ ਆਪਣਾ ਆਪਾਂ ਕਿਸੇ ਨੇ ਪੇਸ਼ ਨਹੀਂ ਕੀਤਾ ਕਿ ਮੈਂ ਸੇਵਾਦਾਰ ਹਾਂ, ਇਹ ਸੇਵਾ ਮੈਨੂੰ ਮਿਲਣੀ ਚਾਹੀਦੀ ਹੈ। ਕਿਸ ਨੂੰ ਅੱਗੇ ਕੀਤਾ, ਜੋ ਗੁਰਮੁਖ ਪੱਖਾ ਫੇਰੀ ਪਾਣੀ ਢੋਵਾਂ ਐਸੀ ਸੇਵਾ ਕਮਾ ਰਿਹਾ ਗੁਰਮਤ ਦੀ ਗੁਰਸਿੱਖਾਂ ਦੀ, ਤਾਂ ਉਹ ਗੁਰੂ ਕੇ ਸਿੱਖ ਨੂੰ ਹੁਕਮ ਕੀਤਾ ਭਾਈ ਇਹ ਬਾਦਸ਼ਾਹੀ ਦੀ ਖਿਲਤ ਨਵਾਬੀ ਦੀ ਖਿਲਤ ਇਹ ਨਵਾਬ ਕਪੂਰ ਸਿੰਘ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਤੇ ਗੁਰੂ ਕੇ ਸਿੱਖ ਨੇ ਹੱਥ ਜੋੜ ਦਿੱਤੇ, ਕਹਿਣ ਲੱਗਾ ਖਾਲਸਾ ਜੀ ਜੋ ਮਰਜ਼ੀ ਬਖਸ਼ ਦੇਵੋ, ਖਾਲਸਾ ਬਖਸ਼ਿੰਦ ਹੈ, ਪਰ ਮੇਰੇ ਹੱਥ ਵਿੱਚੋਂ ਇੱਕ ਘੋੜਿਆਂ ਦਾ ਲਦੈੜਾ ਹਟਾਉਣ ਵਾਲਾ ਫੌੜਾ ਤੇ ਦੂਸਰਾ ਝਾੜੂ ਤੇ ਤੀਸਰੀ ਗੱਲ ਪੰਜ ਸਿੰਘਾਂ ਦੇ ਚਰਨਾਂ ਨਾਲ ਸੁਹਾ ਕੇ ਮੈਨੂੰ ਨਵਾਬੀ, ਤਾਂ ਕਿ ਮੈਨੂੰ ਹਮੇਸ਼ਾ ਲਈ ਇਹ ਮਾਣ ਰਹੇ ਪੰਥ ਦਾਤ ਹੈ, ਇਹ ਦਾਤ ਇਹ ਪੰਥ ਦੇ ਚਰਨਾਂ ਵਿੱਚੋਂ ਮਿਲੀ ਹੋਈ ਦਾਤ ਹੈ, ਕਦੇ ਮੈਂ ਪੰਥ ਦਾ ਨਵਾਬ ਨਾ ਬਣਾ। ਮੇਰੇ ਮਨ ਵਿੱਚ ਇਹੀ ਭਾਵਨਾ ਰਹੇ ਇਹ ਪੰਥ ਦੇ ਚਰਨਾਂ ਚੋਂ ਮਿਲੀ ਹੋਈ ਦਾਤ ਹੈ। ਐਦਾਂ ਜਦੋਂ ਪੰਥ ਦੇ ਚਰਨਾਂ ਵਿੱਚੋਂ ਮਿਲੀ ਹੋਈ ਦਾਤ ਜਾਣ ਕੇ ਗੁਰੂ ਕੇ ਸਿੱਖ ਨੇ ਨਵਾਬੀ ਦੀ ਖਿਲਤ ਪ੍ਰਵਾਨ ਕੀਤੀ। ਉਸ ਤੋਂ ਬਾਅਦ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਹੋਂਦ ਵਿੱਚ ਆਇਆ, ਪੰਜ ਤਰਨੇ ਦਲਾਂ ਦੀ ਹੋਂਦ ਪ੍ਰਗਟ ਹੋਈ, 12 ਮਿਸਲਾਂ ਕਾਇਮ ਹੋਈਆਂ ਜਿਨ੍ਹਾਂ ਨੇ ਸਮੇਂ ਅਨੁਸਾਰ ਫਿਰ ਭਾਈ ਦਿੱਲੀ ਦੇ ਤਖ਼ਤ ਤੇ ਉੱਪਰ
ਦਿੱਲੀ ਦੇ ਕਿਲ੍ਹੇ ਦੇ ਉੱਪਰ ਆਪਣਾ ਝੰਡਾ ਚਾੜਿਆ, ਆਪਣੇ ਨਿਸ਼ਾਨ ਝੁਲਾਏ, ਦਿੱਲੀ ਜਿੱਤੀ ਔਰ ਦਿੱਲੀ ਨੂੰ ਬਿੱਲੀ ਬਣਾ ਲਿਆ। ਔਰ ਦਿੱਲੀ ਦੇ ਬਾਦਸ਼ਾਹ ਲੋਕ ਗੁਰੂ ਕੇ ਪੰਥ ਅੱਗੇ ਝੋਲੀਆਂ ਅੱਡ ਅੱਡ ਕੇ ਖੜੇ ਹੋਏ ਕਿ ਪੰਥ ਗੁਰੂ ਦਾ ਸਰਮੌਰ ਹੈ, ਬਖਸ਼ਿੰਦ ਹੈ, ਸਾਨੂੰ ਸਾਡਾ ਰਾਜ ਵਾਪਸ ਕਰੋ। ਤਾਂ ਗੁਰੂ ਕੇ ਪੰਥ ਨੇ ਆਪਣੇ ਗੁਰੂ ਘਰ ਬਣਾਉਣ ਵਾਸਤੇ ਉਹਨਾਂ ਤੋਂ ਤਗੀਦ ਕਰ ਸਮਰੂ ਬੇਗਮ ਨੂੰ, ਉੱਥੇ ਗੁਰੂ ਕੇ ਸਿੱਖ ਦੀ ਫੌਜ ਸੁਸ਼ੋਭਿਤ ਕਰਕੇ ਕਿ ਭਾਈ ਤੂੰ ਇਹ ਸਾਰੇ ਸਤ ਗੁਰੂ ਘਰ ਨਾਨਕ ਪਿਆਓ, ਸ਼ੀਸ਼ਗੰਜ, ਰਕਾਬ ਸਾਹਿਬ, ਮਾਤਾ ਸਾਹਿਬ ਦੇਵਾਂ ਦੇ ਸਥਾਨ, ਸੁੰਦਰ ਕੌਰ ਜੀ ਦੇ ਸਥਾਨ, ਇਸ ਤਰ੍ਹਾਂ ਗੁਰੂ ਕਾ ਬਾਗ ਜੋ ਸਤ ਗੁਰਧਾਮ ਨਿਸ਼ਾਨ ਚਲਾਏ, ਨਿਸ਼ਾਨਦੇਹੀ ਕਰਕੇ ਗੁਰਧਾਮ ਬਣਾਏ, 30,000 ਉੱਥੇ ਜੋ ਉਹ ਇੱਕ ਰੋਡ ਦਾ ਨਾਮ ਗੁਰੂ ਪੰਥ ਦੀ ਇਹ ਕਲਾ ਸਦਕਾ ਰੱਖਿਆ ਗਿਆ। ਇਸ ਵਾਸਤੇ ਐਦਾਂ ਗੁਰੂ ਕੇ ਪੰਥ ਦਾ ਬੋਲਬਾਲਾ ਕਾਇਮ ਹੋਇਆ ਹੋਣ ਦਾ ਕਾਰਨ ਧੰਨ 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 ਗੁਰੂ ਕਾ ਸਿੱਖ, ਜਿਹੜਾ ਕਹਿ ਰਿਹਾ ਸੀ ਭਾਈ ਇਹ ਗੁਰੂ ਦੀ ਮੋਹਰ ਨੂੰ ਜੇ ਕੋਈ ਨਰਾਦਰੀ ਕਰਨ ਦਾ ਯਤਨ ਕਰੇਗਾ ਨਰਕਾਂ ਚ ਬਾੜ ਦੇਵਾਂਗੇ ਜੁੱਤੀ ਦੇ ਅੱਗੇ ਲਾ ਕੇ। ਫਿਰ ਗੁਰੂ ਕੇ ਪੰਥ ਨੇ ਇਹ ਗੁਰਮਤਾ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿ ਭਾਈ ਤਾਰੂ ਸਿੰਘ ਜੀ ਦਾ ਹੁਕਮ ਹੈ, ਇਹ ਸੂਰਬੀਰ ਬਚਨ ਕੇ ਬਲੀ ਹੁੰਦੇ ਹੈ, ਹੁਣ ਉਹਨਾਂ ਦੇ ਚਰਨਾਂ ਦਾ ਜੋੜਾ ਚਰਨ ਦਾਸੀ ਉਹ ਤਾਰੂ ਸਿੰਘ ਦੇ ਤੋਂ ਆਗਿਆ ਲੈ ਕੇ ਫਿਰ ਜਾ ਕੇ ਨਵਾਬ ਦੇ ਸਿਰ ਵਿੱਚ ਮਰੀ ਆਵੇ। ਫਿਰ ਉਸ ਜੁੱਤੀ ਨੂੰ ਸ਼ਹਿਰ ਦੇ ਪਤਵੰਤੇ ਲੋਕ ਸਜਾ ਕੇ ਨਾ ਪੂਰਾ ਜਿਵੇਂ ਸਤਿਕਾਰ ਨਾਲ ਐ 20-25 ਬੰਦੇ ਇਕੱਠੇ ਹੋ ਕੇ ਲੈ ਕੇ ਜਾਇਆ ਕਰਨ, ਪੂਰੇ ਅਦਬ ਨਾਲ ਲੈ ਕੇ ਜਾਇਆ ਕਰਨ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ, ਤੇ ਲਿਜਾ ਕੇ ਫਿਰ ਨਵਾਬ ਦੇ ਦਿਨ ਵਿੱਚ ਦੀ 3-3-4-4 ਵਾਰੀ ਹਾਜ਼ਤ ਕਰਵਾਇਆ ਕਰਨ ਭਾਈ, 21 ਦਿਨ ਵਿੱਚ ਦੀ 4-4-5-5 ਵਾਰੀ ਸਿਰ 'ਚ ਜੁੱਤੀਆਂ ਵੱਜਦੀਆਂ। ਜਦੋਂ ਹਾਜ਼ਤ ਹੋਣੀ ਉਸੇ ਟਾਈਮ ਆਖਣਾ ਸਵੇਗ ਸਿੰਘ ਜੀ ਜਾਓ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਲੈ ਕੇ ਆਓ। ਉਸੇ ਟਾਈਮ 20-25 ਜਾਣੇ ਕਾਜੀ ਮਲਾਣੇ ਜਾਣੇ ਸਾਰਿਆਂ ਨੇ ਜਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਸਤਿਕਾਰ ਨਾਲ ਲੈ ਕੇ ਆਉਣਾ ਤੇ ਲਿਆ ਕੇ ਫਿਰ ਬਾਦਸ਼ਾਹ ਦੇ ਸਿਰ ਵਿੱਚ ਮਾਰਨੀਆਂ ਜੁੱਤੀਆਂ। ਸਿਰ ਪੋਲਾ ਹੋ ਗਿਆ, ਜ਼ਖਮ ਹੋ ਗਏ, ਕੀੜੇ ਪੈ ਗਏ ਸਿਰ ਵਿੱਚ। ਐਦਾਂ ਇੱਕ ਦਿਨ ਗੁਰੂ ਕੇ ਸਿੱਖ ਦੇ ਚਰਨਾਂ ਦਾ ਜੋੜਾ ਖਾਂਦਾ ਖਾਂਦਾ 20-22 ਦਿਨਾਂ ਬਾਅਦ ਇਸ ਦੇ ਪ੍ਰਾਣ ਨਿਕਲ ਗਏ। ਮਰ ਰਿਹਾ ਸੀ, ਹਾਏ ਹਾਏ ਦੀ ਆਵਾਜ਼ ਆਉਂਦੀ ਸੀ, ਢਿੱਡ ਫੁੱਲਿਆ ਪਿਆ ਸੀ, ਪਸਾਵ ਆ ਨਹੀਂ ਰਿਹਾ, ਦੁਖੀ ਇੰਨੇ ਮੂੰਹੋਂ ਬੋਲ ਕੇ ਦੱਸਿਆ ਨਹੀਂ ਜਾ ਰਿਹਾ, ਅੱਖਾਂ ਤੋਂ ਦਿਸਣਾ ਬੰਦ ਹੈ, ਸਿਰ ਵਿੱਚ ਜ਼ਖਮ ਹੈ। ਤੇ ਉਸ ਟਾਈਮ ਕਾਜੀ ਮਲਾਣੇ ਸਮਝ ਗਏ ਕਿ ਹੁਣ ਇਹੀ ਹੈ ਵੀ ਜੁੱਤੀ ਲੈ ਆਓ ਭਾਈ ਤਾਰੂ ਸਿੰਘ ਜੀ ਦੀ, ਆਖਰੀ ਟਾਈਮ ਹੈ। ਬਿਰਲੇ ਬਿਰਲੇ ਸਵਾਸ ਆਉਂਦਾ, ਢਿੱਡ ਫੁੱਲਿਆ ਪਿਆ, ਪੂਰਾ ਪਾਟਣ ਤੇ ਆਇਆ। ਕਾਜੀ ਮੁੱਲਾ ਨੇ ਗਏ ਜਾ ਕੇ ਭਾਈ ਸਾਹਿਬ ਜੀ ਦੇ ਚਰਨਾਂ ਦੀ ਜੁੱਤੀ ਲੈ ਆਂਦੀ, ਲਿਆ ਕੇ ਚਰਨ ਦਾਸੀ ਭਾਈ ਸਾਹਿਬ ਜੀ ਦੇ ਚਰਨਾਂ ਦੀ, ਜਦੋਂ ਮਾਰੀ ਸਿਰ ਵਿੱਚ ਉਸੇ ਟਾਈਮ ਹੀ ਪਸਾਬ ਦਾ ਬੰਨ ਖੁੱਲ ਗਿਆ ਤੇ ਨਾਲ ਹੀ ਪ੍ਰਾਣ ਪੰਖੇਰੂ ਉੱਡ ਗਿਆ। ਐਦਾਂ ਮਰਿਆ ਸੀ ਇਹ, ਜੁੱਤੀ ਨਾਲ ਮਰਿਆ ਸੀ ਭਾਈ ਸਾਹਿਬ ਜੀ ਦੀ ਨਾਲ। ਉਸ ਤੋਂ ਬਾਅਦ ਜੁੱਤੀ ਛੱਡਣ ਗਏ ਸਵੇਗ ਸਿੰਘ ਜੀ ਤੇ ਨਾਲ ਭਾਈ ਸਾਹਿਬ ਜੀ ਨੇ ਕਿਹਾ ਭਾਈ ਸਾਹਿਬ ਜੀ ਦੁਸ਼ਟ ਦਾ ਭੋਗ ਪੈ ਗਿਆ, ਆਪ ਜੀ ਦੀ ਜੁੱਤੀ ਵੱਜਣ ਸਾਰ ਦੁਸ਼ਟ ਦੇ ਪ੍ਰਾਣ ਨਿਕਲ ਗਏ। ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਕਾ ਪਾਠ ਕੀਤਾ, ਬਸ ਗੁਰਮੁਖ ਆਵੈ ਜਾਏ ਨਿਸੰਗ, ਰੂਹ ਸੱਚਖੰਡ ਨੂੰ ਉਡਾਰੀ ਮਾਰ ਗਈ ਤੇ ਇਸ ਦੁਸ਼ਟ ਨੂੰ ਨਰਕਾਂ ਵਰਗੀ ਸਜ਼ਾ ਦੇ। ਪਹਿਲਾਂ ਇੱਥੇ ਜੁੱਤੀ ਦੀ ਸਜ਼ਾ, ਨਰਕ ਵਰਗੀ ਸਜ਼ਾ, ਇੱਥੇ ਨਰਕ ਬਣਾ ਦਿੱਤਾ ਉਸ ਦੁਸ਼ਟ ਦਾ, ਕੀੜੇ ਪੈ ਗਏ ਸਿਰ 'ਚ, ਦਿਸਣੋਂ ਹਟ ਗਿਆ ਅੱਖਾਂ ਤੋਂ, ਹਾਏ 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 ਦੀ ਆਵਾਜ਼ ਹਰ ਟਾਈਮ ਆਉਂਦੀ ਸੀ, ਮਲ ਮੂਤਰ ਦਾ ਮੁਸ਼ਕ ਮਾਰਦਾ ਸੀ ਇਸ ਦੀ ਕਮਰੇ 'ਚੋਂ, ਹਰ ਟਾਈਮ ਚੀਕਾਂ ਤਿਹਾੜਾਂ ਮਾਰਦਾ ਰਹਿੰਦਾ ਸੀ, ਇਸ ਦੀ ਸੁਰਤ ਮਤ ਹਲ ਚੁੱਕੀ ਸੀ, ਐ ਦੁਖੀ ਹੋ ਕੇ ਅੰਤ ਨੂੰ ਭਾਈ ਨਰਕ ਵਰਗੀ ਸਜ਼ਾ ਝੱਲ ਕੇ ਇਹ ਦੁਸ਼ਟ ਇਸ ਫਾਨੀ ਸੰਸਾਰ ਤੋਂ ਨਰਕਾਂ ਵੱਲ ਨੂੰ ਕੂਚ ਹੋਇਆ, ਗੁਰੂ ਕੇ ਸਿੱਖ ਦੀ ਜੁੱਤੀ ਅੱਗੇ ਲੱਗ ਕੇ। ਪਰ ਦੁੱਖ ਮੈਂ ਦੁੱਖ ਨਹੀਂ ਮੰਨਣਾ,
ਗੁਰੂ ਕੇ ਸਿੱਖ ਨੇ ਖੋਪੜ ਲਹਾਉਣ ਟਾਈਮ ਦੁੱਖ ਨਹੀਂ ਮੰਨਿਆ, ਜਪ ਜੀ ਹੀ ਚੱਲਦਾ ਰਹਿਆ। ਖੋਪੜ ਉਤਰੇ ਨੂੰ 21 ਦਿਨ ਹੋ ਗਏ, ਜਪ ਜੀ ਹੀ ਚੱਲਦਾ ਰਹਿਆ। ਖੋਪੜ ਉਤਾਰਨ ਵਾਲਾ ਸਾਰਾ ਦਿਨ ਹਾਏ ਹਾਏ ਕਰਦਾ, ਜਿਹਦਾ ਖੋਪੜ ਲਹਿਆ ਉਹ ਵਾਹਿਗੁਰੂ ਵਾਹਿਗੁਰੂ ਜਪਦਾ, ਜਪਜੀ ਸਾਹਿਬ ਜੀ ਕਾ ਜਾਪ ਜਪਦਾ। ਇਹ ਹੈ ਭਾਈ ਗੁਰੂ ਕੇ ਪੰਥ ਦੀ ਵਿਲੱਖਣਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਦੁੱਖ ਤਾਂ ਹੈ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨੈ, ਨਹੀਂ ਮੰਨਦਾ ਦੁੱਖ। ਸੁਖ ਸੁਨੇਹੋ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਦੂਸਰੀ ਪਾਤਸ਼ਾਹ ਜੀ ਕਹਿੰਦੇ ਸੁਖ ਸੁਨੇਹੋ, ਸੁੱਖ ਦਾ ਸੁਨੇਹੀ ਨਹੀਂ ਹੈ। ਏਦਾਂ ਨਹੀਂ ਵੀ ਹਰ ਟਾਈਮ ਹੀ ਸੁਖੀ ਰਹਿਣ, ਝੂਲੇ ਹੀ ਝੂਲਦੇ ਰਹਿਣ, ਏਦਾਂ ਨਹੀਂ ਭਾਈ। ਹਰ ਟਾਈਮ ਸੁੱਖ ਦੀ ਕਾਮਨਾ ਨਹੀਂ ਸਿੱਖ ਦੀ। ਸਿੱਖ ਪਾਤਸ਼ਾਹ ਜੀ ਦਾ ਮਹਾਂਵਾਕ ਬ੍ਰਹਮ ਗਿਆਨੀ ਸਗਲ ਕੀ ਰੀਨਾ, ਉਹ ਤਾਂ ਸਗਲ ਕੀ ਰੀਨਾ ਹੁੰਦਾ ਭਾਈ। ਸਭ ਦੀ ਚਰਨ ਧੂੜ ਹੋ ਜਾਂਦਾ, ਸਭ ਦਾ ਦੁੱਖ ਵਡਾਉਣ ਵਾਸਤੇ ਅੱਗੇ ਹੋ ਜਾਂਦਾ, ਸਭ ਦਾ ਦੁੱਖ ਆਪਣੇ ਸਿਰ ਤੇ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਸੀਸ ਦੇ ਦਿੰਦਾ। ਸੁੱਖ ਨਾਲ ਸੁਨੇਹ ਨਹੀਂ ਹੁੰਦਾ। ਅਰ ਭੈ ਨਹੀਂ ਜਾ ਕੇ, ਤੀਜੀ ਗੱਲ, ਅਤੇ ਕਿਸੇ ਦਾ ਭੈ ਡਰ ਵੀ ਨਹੀਂ ਹੈ ਜਾ ਕੇ। ਜਿਹਦੇ ਮਨ ਵਿੱਚ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖ ਨਾਲ ਸੁਨੇਹੋ ਕੋਈ ਮੋਹ ਤੇ ਨਹੀਂ ਹੁੰਦਾ ਬਹੁਤਾ ਵੀ ਹਰ ਟਾਈਮ ਸੁੱਖ ਬਣੇ ਰਹਿਣ, ਉਹਨਾਂ ਸੁੱਖਾਂ ਵਾਸਤੇ ਆਪਦੀ ਜ਼ਮੀਰ ਵੀ ਵੇਚ ਦੇਵੇ, ਆਪਦੀ ਜ਼ਮੀਰ ਵੀ ਮਾਰ ਦੇਵੇ ਕਿ ਸੁੱਖ ਨਾ ਜਾਣ। ਜ਼ਮੀਰ ਮਰਦੀ ਹੈ, ਜ਼ਮੀਰ ਜਾਂਦੀ ਹੈ, ਚੱਲ ਜਾਵੇ, ਉਹ ਸਿੱਖ ਐਸਾ ਨਹੀਂ ਹੁੰਦਾ। ਉਹ ਕਹਿੰਦਾ ਜ਼ਮੀਰ ਜਿਉਂਦੀ ਰਹੇ ਕੁੱਲ ਦੁੱਖ ਦੁਨੀਆਂ ਦਾ ਝੋਲੀ ਪੈ ਜਾਵੇ, ਪਰ ਜ਼ਮੀਰ ਨਾ ਮਰੇ, ਜ਼ਮੀਰ ਨਾ ਮਰੇ। ਤਾਂ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਸੁੱਖ ਸੁਨੇਹੋ। ਅੱਜ ਸੁੱਖ ਦੇ ਸੁਨੇਹ ਨੇ ਜ਼ਮੀਰ ਮਾਰ ਦਿੱਤੀ, ਸੁੱਖ ਦੇ ਸੁਨੇਹ ਨੇ ਮਾਰੀ ਹੈ। ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ, ਜਿਹਦੇ ਮਨ ਵਿੱਚ ਭੈ ਨਹੀਂ ਹੈ ਭਾਈ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ, ਆਨ ਕਹੀਏ ਹੋਰ ਕਿਸੇ ਦਾ, ਭਾਏ ਡਰ ਮੰਨਦੇ ਵੀ ਨਹੀਂ, ਤੇ ਨਹਿ ਭੈ ਕਿਸੇ ਨੂੰ ਦਿੰਦੇ ਹੈ, ਭੈ ਕਾਹੂ ਕਉ ਦੇਤ ਨਹਿ, ਕਿਉਂ ਨਹੀਂ ਦਿੰਦੇ, ਸਭ ਮਹਿ ਜੋਤ ਜੋਤ ਹੈ ਸੋਏ, ਡਰ ਕਿਹਨੂੰ ਦੇਣਾ ਭਾਈ, ਵਾਹਿਗੁਰੂ ਹੀ ਵਰਤ ਰਹੇ ਹੈ। ਬ੍ਰਹਮ ਗਿਆਨੀ ਦਾ ਨਜ਼ਰੀਆ ਦ੍ਰਿਸ਼ਟ ਹੈ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ, ਉਹ ਇਹ ਜਾਣਦਾ ਵੀ ਸਾਰੇ ਬ੍ਰਹਮ ਹੈ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ, ਉਹ ਕਿਸੇ ਦਾ ਭੈ ਡਰ ਆਨ ਕਹੀਏ ਹੋਰ ਕਿਸੇ ਦਾ ਭੈ, ਨਹਿ ਮਾਨਤ ਨਹੀਂ ਮੰਨਦਾ, ਕਿਉਂ ਨਹੀਂ ਮੰਨਦਾ, ਕਿਉਂਕਿ ਇਹ ਜਾਣਦਾ ਵੀ ਮੇਰੇ ਅੰਦਰ ਵੀ ਉਹੀ ਨਿਰਭਉ ਨਿਰਵੈਰ ਸ਼ਕਤੀ ਵਰਤ ਰਹੀ ਹੈ। ਉਹ ਨਿਰਭਉ ਨਿਰਵੈਰ ਦਾ ਸਰੂਪ ਹੋਣ ਕਰਕੇ ਡਰ ਮੰਨਦਾ ਵੀ ਕਿਸੇ ਦਾ ਨਹੀਂ, ਕਿਉਂਕਿ ਉਹਨੂੰ ਗਿਆਨ ਹੋ ਜਾਂਦਾ ਪੰਜਾਂ ਤੱਤਾਂ ਵਾਲੀ ਰਚਨਾ ਦਾ, ਉਹ ਗਿਆਨੀ ਹੁੰਦਾ। ਤਾਂ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਅੰਮ੍ਰਿਤ ਉਪਦੇਸ਼ ਕਿ ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ। ਜਿਸ ਗਿਆਨੀ ਦੇ ਮਨ ਵਿੱਚ ਭੈ ਨਹੀਂ ਹੈ ਕਿਸੇ ਦਾ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਵਖਾਣ, ਉਹ ਗਿਆਨੀ ਦੇ ਮਨ ਵਿੱਚ ਕਿਸੇ ਦਾ ਭੈ ਨਹੀਂ ਹੈ। ਕੰਚਨ ਮਾਟੀ ਮਨ, ਸੋਨੇ ਨੂੰ ਵੀ ਉਹ ਮਿੱਟੀ ਮੰਨਦਾ, ਤੈਸਾ ਸਵਰਨ ਤੈਸਾ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਇੱਕੋ ਜਿਹਾ ਹੋ ਜਾਂਦਾ ਨਜ਼ਰੀਆ ਉਹਨਾਂ ਦਾ, ਸਮ ਦ੍ਰਿਸ਼ਟੀ ਹੁੰਦੇ ਹੈ। ਬ੍ਰਹਮੇ ਤੋਂ ਲੈ ਕੇ ਸੰਸਾਰ ਦੇ ਪਦਾਰਥ ਬਾਦਸ਼ਾਹੀਆਂ ਤੇ ਕਾਂ ਦੀ ਬਿਸ਼ਟਾ, ਇਹ ਸਭ ਕਾਸੇ ਨੂੰ ਕਾਕ ਬਿਸ਼ਟ ਸਮ ਤਿਆਗ, ਐਂ ਤਿਆਗ ਦਿੰਦੇ ਆ ਭਾਈ,
ਇਹੋ ਜਿਹੀ ਸੁਰਤ ਵਿਰਤ ਹੁੰਦੀ ਆ ਬ੍ਰਹਮ ਗਿਆਨੀਆਂ ਦੀ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸੋਨੇ ਨੂੰ ਮਿੱਟੀ ਸਰੂਪ ਮੰਨਦੇ ਆ, ਅਸਥਾਈ ਵਿਸਰਾਮ ਬਖਸ਼ਿਸ਼ ਕੀਤਾ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਸਤਿਗੁਰੂ ਜੀ ਫਰਮਾਨ ਕਰਦਿਆ ਨਹਿ ਨਿੰਦਿਆ, ਨਹਿ ਨਿੰਦਿਆ, ਉਹ ਕਿਸੇ ਦੀ ਨਿੰਦਿਆ ਨਹਿ ਨਿੰਦਿਆ ਨਹੀਂ ਕਰਦੇ। ਤੇ ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈ ਉਹਨਾਂ ਲਈ ਨਿੰਦਿਆ ਨਹਿ ਨਿੰਦਿਆ ਨਿੰਦਿਆ ਹੀ ਨਹੀਂ ਹੈ। ਉਹ ਤਾਂ ਇਹ ਕਹਿੰਦੇ ਨਿੰਦੋ ਨਿੰਦੋ ਮੋਗੋ ਲੋਗ ਨਿੰਦੋ, ਨਿੰਦਾ ਜਨਕ ਖਰੀ ਪਿਆਰੀ ਨਿੰਦੋ ਭਾਈ ਨਿੰਦ ਲੋ। ਉਹ ਤਾਂ ਇਹ ਕਹਿੰਦੇ ਹੈ ਨਿੰਦਕ ਸੋ ਜੋ ਨਿੰਦਾ ਹੋਰੈ। ਨਿੰਦਕ ਕੌਣ ਹੈ ਸਾਡਾ? ਜਿਹੜਾ ਸਾਡੀ ਨਿੰਦਿਆ ਨੂੰ ਹੋ ਰੋਕਦਾ ਭਾਈ ਉਹ ਸਾਡਾ ਨਿੰਦਕ ਹੈ। ਉਹ ਭਲੇ ਉਹ ਹਮਰਾ ਜੀਵਨ ਨਿੰਦਕ ਲੋੜ ਹੈ, ਨਿੰਦਕ ਤਾਂ ਮੇਰਾ ਜੀਵਨ ਲੋੜਦਾ, ਮੇਰਾ ਭਲਾ ਲੋਚਦਾ। ਕਿਉਂਕਿ ਨਿੰਦਕ ਹਮਰੇ ਕੱਪੜੇ ਧੋਈ, ਨਿੰਦਕ ਤਾਂ ਮੇਰੇ ਅੰਤਸਕਰਨ ਰੂਪੀ ਕੱਪੜੇ ਨੂੰ ਧੋ ਰਹੇ ਹੈ, ਮੇਰੇ ਮਨ ਤਨ ਦੀ ਮੈਲ ਲਾ ਰਹੇ ਹੈ ਔਰ ਮੈਨੂੰ ਸੁਚੇਤ ਕਰ ਰਹੇ ਹੈ। ਆਲੋਚਕਾਂ ਬਿਨਾਂ ਕਾਹਦਾ ਜੀਵਨ? ਜੇ ਨਿੰਦਕ ਨਾ ਹੋਵੇ ਭਾਈ ਤਾਂ ਦੁਨੀਆਂ ਤੇ ਸਹੀ ਕੰਮ ਵੀ ਹੁਣ ਹਟ ਜਾਣ। ਜਿੰਨੇ ਕੁ ਸਹੀ ਕੰਮ ਕਰਦੇ ਆ ਨਾ ਉਹ ਤਾਂ ਕਰਦੇ ਆ ਵੀ ਕੋਈ ਮਾੜਾ ਨਾ ਕਹਿ ਜਾਵੇ। ਇਹ ਹੋਣੇ ਚਾਹੀਦੇ ਆ ਸੰਗਤ ਜੀ, ਚੰਗਾ ਕਰਨ ਵਾਸਤੇ ਪ੍ਰੇਰਨਾ ਦਿੰਦੇ ਆ। ਇਸ ਵਾਸਤੇ ਕਬੀਰ ਜੀ ਕਹਿੰਦੇ ਭਾਈ ਨਿੰਦਾ ਤਾਂ ਚੰਗੀ ਹੈ। ਇਸੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਆ ਅੰਮ੍ਰਿਤ ਉਪਦੇਸ਼, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਕੋਈ ਹਰੀ ਦੇ ਜਨ ਦੀ ਨਿੰਦਿਆ ਕਰਦਾ ਹਰੀ ਦਾ ਜਨ ਆਪਣਾ ਜਿਹੜਾ ਗੁਣ ਹੈ ਉਹ ਨਹੀਂ ਗਵਾਉਂਦਾ। ਉਹਦਾ ਗੁਣ ਕੀ ਹੈ ਭਾਈ? ਉਹਦਾ ਗੁਣ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ। ਸਭ ਤੋਂ ਬੁਰੇ ਆ ਭਾਈ। ਹੁਣ ਜਦੋਂ ਬੁਰੇ ਨੂੰ ਕੀ ਕਹੂ? ਕੋਈ ਕਹੋ ਭਾਈ ਜੋ ਕਹਿਣਾ ਸਭ ਤੋਂ ਬੁਰੇ ਆ, ਚੰਗੇ ਬਣੇ ਹੀ ਨਹੀਂ। ਡਰ ਤਾਂ ਉਦੋਂ ਹੈ ਜਦੋਂ ਚੰਗੇ ਬਣੇ ਆ। ਆਪਸ ਕੋ ਜੋ ਭਲਾ ਕਹਾਵੇ, ਡਰ ਤਾਂ ਉਦੋਂ ਹੈ ਵੀ ਭਲਾ ਕਹਾ ਰਹੇ ਆ ਕੁਛ ਇਹੋ ਜਿਹਾ ਨਾ ਹੋ ਜਾਏ, ਪਰ ਹੋ ਜਾਂਦਾ ਭਲਾ ਕਹਾਉਣ ਟਾਈਮ। ਤੇ ਜੇ ਹੋਵੇ ਹੀ ਨਾ ਇੱਛਾ, ਜੇ ਹੋਵੇ ਹੀ ਨਾ ਇੱਛਾ ਭਲਾ ਕਹਾਉਣ ਦੀ, ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹਮ ਤਾਜ ਭਲੋ ਸਭ ਕੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਇਸ ਵਾਸਤੇ ਭਗਤ ਜੀ ਦਾ ਮਹਾਂਵਾਕ ਹੈ ਭਾਈ ਅੰਮ੍ਰਿਤ ਗੁਰਬਾਣੀ ਅੰਦਰ ਕਿ ਭਾਈ ਨਿੰਦਾ ਜਨਕੋ ਖਰੀ ਪਿਆਰੀ, ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਉਸਤਤੀ ਵੀ ਨਹੀਂ ਜਾ ਕੇ ਜਿਨ੍ਹਾਂ ਦੇ ਮਨ ਵਿੱਚ, ਐਵੇਂ ਨਹੀਂ ਭਾਈ ਖਾਮ ਖਾ ਦੀ ਉਸਤਤ ਕਰੀ ਜਾਂਦੇ, ਬਾਤ ਦਾ ਬਤੰਗੜ ਬਣਾ ਬਣਾ ਉਸਤਤ ਕਰੀ ਜਾਂਦੇ। ਸੰਗਤ ਜੀ ਨਿੰਦਿਆ ਕੌਣ ਕਰਦਾ ਹੈ? ਈਰਖਾਲੂ। ਉਸਤਤ ਕੌਣ ਕਰਦਾ ਹੈ? ਚਾਪਲੂਸ। ਨਾ ਉਹ ਕਿਸੇ ਦਾ ਈਰਖਾਲੂ ਈਰਖਾ ਕਰਦੇ ਹੈ ਤੇ ਨਾ ਕਿਸੇ ਦੇ ਚਾਪਲੂਸ ਹੁੰਦੇ ਆ ਉਹ ਵੀ ਉਸਤਤ ਕਰੀ ਜਾਣ ਖਾ ਮਖਾ ਦੀ। ਉਹ ਟਿਕੇ ਹੁੰਦੇ ਆ ਭਾਈ, ਨਾ ਨਿੰਦਿਆ ਕਰਦੇ ਆ ਕਿਉਂਕਿ ਈਰਖਾ ਨਹੀਂ ਉਹਨਾਂ ਵਿੱਚ, ਨਾ ਉਸਤਤ ਕਰਦੇ ਕਿਉਂਕਿ ਚਾਪਲੂਸੀ ਨਹੀਂ ਉਹਨਾਂ ਵਿੱਚ। ਉਹ ਇਹ ਜਾਣਦੇ ਹੈ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕਾ ਦੀਆ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਚਾਪਲੂਸ ਕਦੋਂ ਹੋਵੇਗਾ? ਜਦੋਂ ਖੁਦ ਗਰਜ ਹੋਵੇਗਾ। ਖੁਦ ਗਰਜੀ ਚਾਪਲੂਸਤਾ ਪੈਦਾ ਕਰੇਗੀ ਤੇ ਚਾਪਲੂਸੀ ਇਹ ਵੀ ਭਾਈ ਅਣਖ ਮਾਰ ਦਿੰਦੀ ਹੈ, ਅਣਖ ਮਾਰ ਦਿੰਦੀ ਹੈ।
ਇਸ ਵਾਸਤੇ ਉਹ ਜਿਹੜੇ ਹੁੰਦੇ ਨੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਨਹਿ ਨਿੰਦਿਆ ਨਹਿ ਉਸਤਤ ਯਾਕ ਹੈ, ਉਹਨਾਂ ਦੇ ਮਨ ਵਿੱਚ ਉਸਤਤ ਵੀ ਨਹੀਂ ਹੈ ਨਿੰਦਿਆ ਵੀ ਨਹੀਂ ਹੈ, ਕਿਉਂਕਿ ਵਾਹਿਗੁਰੂ ਦੇ ਦੈਵੀ ਗੁਣਾਂ ਤੋਂ ਇਹ ਦੋਨੇ ਹੀ ਭਾਈ ਵਾਧਾ ਪੈਦਾ ਕਰਦੀਆਂ, ਰੁਕਾਵਟ ਪੈਦਾ ਕਰਦੀਆਂ, ਪੀੜਾ ਪੈਦਾ ਕਰਦੀਆਂ, ਦੋਨੇ ਹੀ ਅਣਹੋਈ ਨਿੰਦਿਆ ਅਣਹੋਈ ਉਸਤਤ ਇਹ ਦੋਨੇ ਮਾੜੀਆਂ। ਉਹ ਗੁਰਮੁਖ ਨਹਿ ਨਿੰਦਿਆ ਨਹਿ ਉਸਤਤ ਯਾਕੈ, ਲੋਭ ਮੋਹ ਅਭਿਮਾਨਾ, ਲੋਭ ਲੋਭ ਹੁੰਦਾ ਪਦਾਰਥਾਂ ਦੀ ਵਾਸਨਾ, ਪਦਾਰਥ ਇਕੱਠੇ ਕਰਨੇ, ਜੋ ਦੁਨੀਆਂ ਦਾ ਪਦਾਰਥ ਮੇਰੇ ਕੋਲੇ ਹੋਵੇ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਲੋਭ ਕਿਹਨੂੰ ਆਖਦੇ ਆ ਸੰਗਤ ਜੀ? ਹਰ ਇੱਕ ਨੇ ਧੰਦਾ ਕਰਨਾ, ਹਰ ਇੱਕ ਨੇ ਉਸ ਵਿੱਚੋਂ ਮੁਨਾਫਾ ਲੈਣਾ, ਹਰ ਇੱਕ ਨੇ ਆਪਣਾ ਭਾਈ ਜ਼ਿੰਦਗੀ ਜੀਵਨ ਚੰਗੇ ਢੰਗ ਨਾਲ ਜਿਉਣਾ, ਆਣਦਨ ਸੁਕਿਰਤ ਕਰੀਏ, ਸੁਕਿਰਤ ਕਰਕੇ ਸਾਚਾ ਬੋਲ ਪੂਰਾ ਤੋਲ। ਜਦੋਂ ਇਹ ਇੱਥੇ ਗੜਬੜ ਹੋ ਜਾਏ, ਬੋਲ ਸਾਚਾ ਨਾ ਰਹੇ, ਝੂਠ ਬੋਲ ਜੋ ਖਾਏ, ਝੂਠ ਬੋਲ ਕੇ ਖਾਣ ਦੀ ਇੱਛਾ ਬਣ ਜਾਏ, ਹਰ ਟਾਈਮ ਝੂਠ ਬੋਲੇ, ਝੂਠ ਬੋਲ ਕੇ ਮੁਨਾਫਾ ਖੱਟੇ, ਉਹ ਲੋਭ ਹੈ। ਲੋਭ ਕਿਸ ਨੂੰ ਆਖਦੇ ਹੈ? ਘੱਟ ਤੁਲ ਕੇ ਮੁਨਾਫਾ ਖੱਟੇ, ਉਹ ਲੋਭ ਹੈ। ਕਿਸੇ ਨੂੰ ਨੁਕਸਾਨ ਪਹੁੰਚਾ ਕੇ ਮੁਨਾਫਾ ਖੱਟੇ, ਉਹ ਲੋਭ ਹੈ। ਕਿਸੇ ਦਾ ਕਾਰਜ ਹੋਵੇ, ਉਹਨੂੰ ਉਧਰਲੇ ਵੱਲੋਂ ਚਾਰ ਪੈਸੇ ਮੁਨਾਫੇ ਦੇ ਬਣ ਰਹੇ ਹੋਣ, ਪਤਾ ਲੱਗ ਜਾਏ ਮੈਨੂੰ ਮੈਂ ਉਸ ਦੇ ਕੰਮ ਵਿੱਚ ਰੁਕਾਵਟ ਪਾ ਕੇ ਉਹ ਮੁਨਾਫਾ ਆਪ ਪ੍ਰਾਪਤ ਕਰ ਲਵਾਂ, ਇਸ ਦਾ ਨਾਮ ਲੋਭ ਹੈ। ਕਮਾਈ ਕਰਨੀ ਹੈ ਧਰਮ ਦੀ, ਦਸਾਂ ਨੌਹਾਂ ਦੀ ਕਿਰਤ ਕਰਨ ਨੂੰ ਗੁਰੂ ਹੱਥ ਪਾਉਂ ਕਰ ਕਾਮ ਸਭ, ਚੀਤ ਨਿਰੰਜਣ ਨਾਲ ਭਾਈ ਹੱਥਾਂ ਪੈਰਾਂ ਨਾਲ ਸਭ ਕੰਮ ਕਰ, ਸਭ ਕੰਮ ਚਿੱਤ ਜੁੜਿਆ ਹੋਵੇ ਵਾਹਿਗੁਰੂ ਨਾਲ, ਇਹ ਕਿਰਤ ਕਰਨ ਦਾ ਤਾਂ ਗੁਰੂ ਦਾ ਹੁਕਮ ਹੈ। ਕਿਰਤ ਕਰ ਭਾਈ, ਇੰਨੀ ਕਿਰਤ ਕਰ ਕਿ ਦੁਨੀਆਂ ਦੇ ਰਹੀਸਾਂ ਵਿੱਚ ਸਿੱਖ ਦੀ ਗਿਣਤੀ ਹੋਵੇ, ਉਹਨਾਂ ਲਿਸਟਾਂ ਦੇ ਵਿੱਚੋਂ ਜਿਹੜੀ ਆਲ ਵਰਲਡ ਦੀ ਲਿਸਟ ਛਪਦੀ ਹੈ ਕਿ ਇੱਥੇ ਭਾਈ ਦੁਨੀਆਂ ਤੇ ਇਹ ਅਮੀਰਾਂ ਦੀ ਇੰਨੀ ਸੂਚੀ ਹੈ, ਉਹਦੇ ਵਿੱਚ ਪਹਿਲਾ ਸਿੱਖ ਦਾ ਨਾਮ ਹੋਵੇ। ਪਰ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਸੁਰਤ ਵਿਰਤ ਐਸੀ ਹੋਵੇ, ਸਿਦਕ ਹੋਵੇ, ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਲੋਭ ਤੋਂ ਵੀ ਭਾਈ ਉਹ ਹਾਂਜੀ ਨਹਿ ਨਿੰਦਿਆ ਨਹਿ ਉਸਤਤ ਯਾਕ ਹੈ, ਲੋਭ ਲੋਭ ਨਹੀਂ ਹੁੰਦਾ ਉਹਨਾਂ ਦੀ ਸੁਰਤ ਬਿਰਤ ਅੰਦਰ, ਮੋਹ ਹੁੰਦੀ ਆ ਭਾਈ ਖਿੱਚ ਪਕੜ, ਖਿੱਚ ਪੈਣੀ ਪਰਿਵਾਰ ਦੀ, ਬੱਚਿਆਂ ਦੀ, ਧੀ ਪੁੱਤਰਾਂ ਦੀ, ਜ਼ਮੀਨ ਜਾਇਦਾਦ ਕੋਠੀ ਦੀ, ਹਰ ਟਾਈਮ ਉਸੇ ਵਿੱਚ ਵਾਸਨਾ ਲੱਗੀ ਰਹਿਣੀ, ਖਿੱਚ ਬਣੀ ਰਹਿਣੀ, ਇਹਨੂੰ ਮੋਹ ਆਖਦੇ ਆ। ਗਰੀਬ ਨਵਾਜ ਮਹਾਰਾਜ ਫਰਮਾਨ ਕਰਦੇ ਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵੈ ਕਾਮ ਨਾ ਪੁੱਛੈ ਜਾਤ। ਇਹ ਸਾਰੇ ਮੋਹ ਦੇ ਲੱਛਣ ਹੈ ਸੰਗਤ ਜੀ। ਜਿਵੇਂ ਜਿਵੇਂ ਮੋਹ ਪ੍ਰਬਲ ਹੋਈ ਜਾਂਦਾ ਹੈ, ਉਵੇਂ ਉਵੇਂ ਖਿੱਚ ਵਧੀ ਜਾਂਦੀ ਹੈ, ਸੰਸਾਰ ਵੱਲ ਨੂੰ ਖਿੱਚ ਵਧੀ ਜਾਂਦੀ ਹੈ, ਇਹ ਆ ਮੋਹ। ਪਾਤਸ਼ਾਹ ਜੀ ਕਹਿੰਦੇ ਲੋਭ ਮੋਹ ਅਭਿਮਾਨਾ, ਅਭਿਮਾਨ ਹੁੰਦਾ ਜਾਤ ਵਿਦਿਆ ਦਾ, ਮੇਰੀ ਜਾਤ ਮੈਂ ਬ੍ਰਾਹਮਣ ਹਾਂ, ਮੈਂ ਛੱਤਰੀ ਹਾਂ, ਇਹ ਅਭਿਮਾਨ ਹੈ। ਅੱਜ ਦਲਿਤਾਂ ਦੀ ਦੁਰਦਸ਼ਾ ਹੋ ਰਹੀ ਹੈ, ਕੌਣ ਕਰ ਰਿਹਾ ਹੈ? ਜਾਤ ਅਭਿਮਾਨੀ ਕਰ ਰਹੇ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹੈ
ਕਿ ਅੰਮ੍ਰਿਤ ਉਪਦੇਸ਼ ਆ ਕਿ ਭਾਈ ਉਹ ਗੁਰਮੁਖ ਪਿਆਰੇ ਅਭਿਮਾਨ ਜਾਤ ਵਿੱਦਿਆ ਇਸ ਅਭਿਮਾਨ ਤੋਂ ਵੀ ਰਹਿਤ ਹੁੰਦੀ ਹੈ। ਉਹਨਾਂ ਅੰਦਰ ਅਭਿਮਾਨ ਨਹੀਂ ਹੁੰਦਾ। ਸਤਿਗੁਰੂ ਜੀ ਫਰਮਾਨ ਕਰਦੇ ਹਰਖ ਖੁਸ਼ੀਆਂ ਸੋਗ ਦੁੱਖ ਸੋਗ ਸੋਕ ਰਹਿ ਨਿਆਰੋ ਉਹ ਖੁਸ਼ੀ ਗਮੀ ਤੋਂ ਨਿਆਰੇ ਹੀ ਰਹਿੰਦੀ ਹੈ। ਭਾਈ ਨੰਦ ਲਾਲ ਜੀ ਦੇ ਮੁੱਖ ਦੀ ਪ੍ਰਸੰਨਤਾ ਦੇਖ ਕੇ ਇੱਕ ਮੁਸਲਮਾਨ ਫਕੀਰ ਨੇ ਆਖਿਆ ਨੰਦ ਲਾਲ ਜੀ ਜਿਹੜੀ ਖਮਾਰੀ ਤੇਰੇ ਮਸਤਕ ਤੇ ਹੈ ਤੇਰੇ ਮੁੱਖ ਤੇ ਹੈ ਜੇ ਇਸ ਵਿੱਚੋਂ ਅੱਧੀ ਖਮਾਰੀ ਵੀ ਕਦੇ ਮੈਨੂੰ ਨਸੀਬ ਹੋ ਜਾਵੇ ਮੈਂ ਨੱਚ ਨੱਚ ਟੱਪ ਟੱਪ ਧਰਤੀ ਹਿਲਾ ਦਿਆਂ। ਭਾਈ ਨੰਦ ਲਾਲ ਜੀ ਕਹਿਣ ਲੱਗੇ ਗੁਰਮੁਖਾ ਮੈਂ ਗੁਰੂ ਕਾ ਸਿੱਖ ਹਾਂ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਕਿ ਹੇ ਭਾਈ ਨੰਦ ਲਾਲ ਜੀ ਕਿੰਨੀ ਵੀ ਖੁਸ਼ੀ ਹੋਵੇ ਉਹਦੇ ਵਿੱਚ ਇੰਨਾ ਨੱਚਣਾ ਟੱਪਣਾ ਨਹੀਂ ਹੈ ਕਿ ਤੈਨੂੰ ਤੇਰੇ ਕਕਾਰ ਭੁੱਲ ਜਾਣ ਤੈਨੂੰ ਤੇਰੀ ਗੁਰਸਿੱਖੀ ਭੁੱਲ ਜਾਵੇ ਤੈਨੂੰ ਤੇਰਾ ਆਪਣਾ ਚਰਿੱਤਰ ਕਰੈਕਟਰ ਭੁੱਲ ਜਾਵੇ ਮੈਂ ਹਾਂ ਕੀ ਤੂੰ ਵੀ ਲੱਕ 28 ਕੁੜੀ ਦਾ ਇੱਥੇ ਭੜਥੂ ਭੰਗੜਾ ਪਾਉਣ ਲੱਗ ਜਾਵੇ ਤੂੰ ਵੀ ਆਪਦੀ ਤੈਨੂੰ ਭੁੱਲ ਜਾਵੇ ਵੀ ਕਹਿ ਕੀ ਰਹਿਆ ਨਚਾਉਣ ਵਾਲਾ ਉਹ ਮੇਰੀ ਧੀ ਭੈਣ ਦਾ ਲੱਕ ਵੀ ਨਹੀਂ ਜਾਂਦਾ ਮੈਂ ਬਾਂਦਰ ਟਪੂਸੀਆਂ ਮਾਰੀ ਜਾਂਦਾ ਕੀ ਮੇਰੀ ਸ਼ਰਮ ਤਾਂ ਨਹੀਂ ਲੈ ਗਈ ਹੈ ਹੁਣ ਤੈਨੂੰ ਇਹ ਗਿਆਨ ਹੋਣਾ ਚਾਹੀਦਾ ਮੈਂ ਗੁਰੂ ਕਾ ਸਿੱਖ ਹਾਂ ਇਸ ਵਾਸਤੇ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਵੀ ਬਹੁਤੀ ਖੁਸ਼ੀ ਵਿੱਚ ਟੱਪਣਾ ਨਹੀਂ ਹੈ ਭੁੜਕਣਾ ਨਹੀਂ ਹੈ ਮਰਿਆਦਾ ਨਹੀਂ ਛੱਡਣੀ ਆਪਣੀ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਤੇ ਬਹੁਤੀ ਗਮੀ ਦੇ ਵਿੱਚ ਵੀ ਬਹੁਤਾ ਆਪਣਾ ਆਪਾ ਨਹੀਂ ਗਵਾਉਣਾ ਸੋਗ ਨਹੀਂ ਕਰਨਾ ਦੁਖੀ ਨਹੀਂ ਹੋਣਾ ਦੋਨੇ ਟਾਈਮ ਹੀ ਪਰਮੇਸ਼ਵਰ ਦੀ ਰਜ਼ਾ ਵਿੱਚ ਰਹਿਣਾ ਦੁੱਖ ਟਾਈਮ ਵੀ ਪਰਮੇਸ਼ਵਰ ਦੀ ਰਜ਼ਾ ਅੰਦਰ ਸੁੱਖ ਟਾਈਮ ਵੀ ਪਰਮੇਸ਼ਵਰ ਦੀ ਰਜ਼ਾ ਅੰਦਰ ਰਹਿਣਾ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਇਸ ਵਾਸਤੇ ਮੁਸਲਮਾਨ ਨੂੰ ਕਹਿਣ ਲੱਗੇ ਫਕੀਰ ਨੂੰ ਫਕੀਰ ਜੀ ਮੇਰੇ ਗੁਰੂ ਦਾ ਹੁਕਮ ਹੈ ਮੈਂ ਖੁਸ਼ੀ ਵਿੱਚ ਵੀ ਟਿਕ ਕੇ ਰਹਿਣਾ ਮੈਂ ਗਮੀ ਵਿੱਚ ਵੀ ਟਿਕ ਕੇ ਰਹਿਣਾ ਹਰਖ ਸੋਗ ਤੇ ਰਹਿ ਨਿਆਰੋ ਖੁਸ਼ੀ ਗਮੀ ਤੋਂ ਨਿਆਰੇ ਰਹਿੰਦੇ ਹੈ ਖੁਸ਼ੀ ਵਿੱਚ ਵੀ ਬਹੁਤਾ ਨਹੀਂ ਭਾਈ ਉਹ ਭੜਥੂ ਪਾਉਂਦੇ ਗਮ ਟਾਈਮ ਵੀ ਬਹੁਤੀਆਂ ਚੀਕਾਂ ਜਗ੍ਹਾ ਨਹੀਂ ਮਾਰਦੇ ਗੁਰੂ ਕਲੰਗੀਧਰ ਪਿਤਾ ਜੀ ਦੇ ਕੋਲ ਆ ਕੇ ਭਾਈ ਪਰਮ ਸਿੰਘ ਧਰਮ ਸਿੰਘ ਭਾਈ ਰੂਪੇ ਵਾਲੇ ਕਹਿੰਦੇ ਮਹਾਰਾਜ ਬੜਾ ਦੁੱਖ ਹੋਇਆ ਸਾਨੂੰ ਜਦੋਂ ਸੁਣਿਆ ਉਸੇ ਟਾਈਮ ਹੀ ਚੱਲੇ ਮਹਾਰਾਜ 7-9 ਸਾਲ ਦੇ ਨੀਆਂ 'ਚ ਚਿਣਤੇ ਮਹਾਰਾਜ 17-18 ਸਾਲ ਦਾ ਗੱਭਰੂ 15 ਸਾਲ ਦਾ ਗੱਭਰੂ ਮੈਦਾਨੇ ਜੰਗ 'ਚ ਸ਼ਹੀਦ ਕਰਤੇ ਪਾਤਸ਼ਾਹ ਬੜਾ ਦੁੱਖ ਹੈ ਭੁੱਬਾਂ ਮਾਰ ਮਾਰ ਰੂਪੇ ਮਹਾਰਾਜ ਦੇ ਦਰਬਾਰ ਪਾਤਸ਼ਾਹ ਕਹਿੰਦੇ ਭਾਈ ਪਰਮ ਧਰਮ ਸਿੰਘ ਜੀ 4 ਲਕੀਰਾਂ ਖਿੱਚੋ ਖਿੱਚੀਆਂ ਪਾਤਸ਼ਾਹ ਜੀ ਕਹਿੰਦੇ ਮੇਟ ਦਿਓ ਮੇਟਤੀਆਂ ਮਹਾਰਾਜ ਕਹਿੰਦੇ ਹਾਂ ਲਕੀਰਾਂ ਖਿੱਚਣ ਟਾਈਮ ਕਿੰਨੀ ਕੁ ਖੁਸ਼ੀ ਹੋਈ ਕਹਿੰਦੇ ਮਹਾਰਾਜ ਖੁਸ਼ੀ ਕਿਸ ਦੀ ਆਪ ਜੀ ਦਾ ਹੁਕਮ ਸੀ ਮਹਾਰਾਜ ਕਹਿੰਦੇ ਮੇਟ ਦਿੱਤੀਆਂ ਕਿੰਨਾ ਕੁ ਦੁੱਖ ਹੋਇਆ ਮਹਾਰਾਜ ਇਹ ਕਾਹਦਾ ਦੁੱਖ ਆਪ ਜੀ ਦਾ ਹੁਕਮ ਹੈ ਖਿੱਚ ਦਿੱਤੀਆਂ ਲਕੀਰਾਂ ਮੇਟ ਦਿੱਤੀਆਂ ਲਕੀਰਾਂ ਪਾਤਸ਼ਾਹ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਹੁਕਮ ਨਾਲ ਤੁਸੀਂ ਲਕੀਰਾਂ ਖਿੱਚ ਦਿੱਤੀਆਂ ਮੇਟ ਦਿੱਤੀਆਂ ਇਵੇਂ ਵਾਹਿਗੁਰੂ ਦੇ ਹੁਕਮ ਨਾਲ ਇਹ ਸਰੀਰਾਂ ਰੂਪ ਲਕੀਰਾਂ ਖਿੱਚੀਆਂ ਗਈਆਂ ਘੱਲੇ ਆਵੇ ਨਾਨਕਾ ਤੇ ਵਾਹਿਗੁਰੂ ਦੇ ਹੁਕਮ ਨਾਲ ਹੀ ਇਹ ਸਰੀਰਾਂ ਰੂਪ ਲਕੀਰਾਂ ਮਿਟ ਗਈਆਂ ਸੱਦੇ ਉੱਠੀ ਜਾਹੇ ਇਸ ਵਿੱਚ ਕਿਸ ਗੱਲ ਦਾ ਰੋਸ ਦੁੱਖ ਹੱਥ ਜੋੜ ਲੈ ਪਾਤਸ਼ਾਹ ਤੁਹਾਨੂੰ ਤੁਸੀਂ ਐਸੇ ਟਾਈਮ ਵੀ ਐਸਾ ਸਿਰਕ ਦੇਖਣ ਆਇਓ ਜਗਤ ਤਮਾਸਾ ਤਮਾਸਾ ਹੀ ਬਣਾ ਕੇ ਵੇਖ ਰਹੇ ਹੋ ਗਰੀਬ ਨਵਾਜ ਮਹਾਰਾਜ ਫਰਮਾਨ ਕਰਦੇ ਨੇ ਭਾਈ ਉਹ ਹਰਖ ਸੋਗ ਤੇ ਰਹਿ ਨਿਆਰੋ ਨਿਆਰੇ ਹੀ ਰਹਿੰਦੇ ਆ ਖੁਸ਼ੀ ਗਮੀ ਤੋਂ ਨਾ ਹੀ ਮਾਨ ਅਪਮਾਨਾ ਨਾ ਉਹਨਾਂ ਨੂੰ ਮਾਨ ਹੁੰਦਾ ਹੈ ਆਪਣੇ ਗੁਣਾ ਖੂਬੀਆਂ ਦਾ ਨਾ ਮਾਣ ਕਰਦੇ ਆ ਉਹ ਭਾਈ ਆਪਣੇ ਆਪੇ ਕਿਸੇ ਵਸਤੂ ਦਾ
ਅਪਮਾਨਾ ਤੇ ਨਾ ਦੂਸਰੇ ਕਿਸੇ ਨੂੰ ਅਪਮਾਨਿਤ ਕਰਦੇ ਆ, ਨਿਰਾਦਰ ਕਰਦੇ ਆ ਕਿਸੇ ਦਾ, ਕਿਸੇ ਨੂੰ ਟਾਰਗੇਟ ਕਰਕੇ ਭਾਈ ਉਹਦੇ ਉੱਪਰ ਕੋਈ ਦੂਸ਼ਣ ਵੀ ਨਹੀਂ ਲਾਉਂਦੇ। ਅਪਮਾਨ ਨਿਰਾਦਰ ਵੀ ਨਹੀਂ ਕਰਦੇ ਕਿਸੇ ਦਾ। ਉਹ ਬ੍ਰਹਮ ਗਿਆਨੀਆਂ ਦਾ ਦ੍ਰਿਸ਼ਟਾ ਐਸਾ ਹੁੰਦਾ, ਕਹਿੰਦੇ ਕਿਸੇ ਨੇ ਕੋਈ ਸਾਧੂ ਤੁਰਿਆ ਜਾਂਦਾ ਸਿਆਲ ਦੀ ਰੁੱਤ ਅੰਦਰ, ਕਿਸੇ ਰਖਾਲੂ ਨੇ ਮੋਢਾ ਮਾਰਿਆ ਠੰਡੇ ਪਾਣੀ ਵਿੱਚ, ਸਾਧੂ ਬਜ਼ੁਰਗ ਨੂੰ ਸੁੱਟ ਦਿੱਤਾ। ਬਜ਼ੁਰਗ ਸਰੀਰ ਸੀ, ਉੱਠਿਆ ਨਹੀਂ ਗਿਆ, ਆਕੜ ਗਿਆ। ਇੱਕ ਹੋਰ ਗੁਰਮੁਖ ਸੀ, ਉਸਨੇ ਚੁੱਕਿਆ ਆਪਣੇ ਘਰ ਲਿਆਂਦਾ, ਸਾਧੂਆਂ ਦੇ ਗਰਮ ਪਾਣੀ ਨਾਲ ਇਸ਼ਨਾਨ ਭਾਫ ਦਿੱਤੀ, ਅੱਗ ਸਕਾਈ, ਰਜਾਈਆਂ ਦਿੱਤੀਆਂ ਗਰਮ, ਸਰੀਰ ਨੂੰ ਨਿੱਘ ਆਈ, ਹਲਦੀ ਵਾਲਾ ਦੁੱਧ ਪਿਆਇਆ। ਜਦੋਂ ਸਾਧੂ ਹੋਸ਼ ਵਿੱਚ ਆਇਆ ਤਾਂ ਦੱਸਣ ਲੱਗਾ, ਮਹਾਂਪੁਰਖੋ ਤੁਸੀਂ ਫਲਾਨੀ ਜਗ੍ਹਾ ਤੇ ਬੇਹੋਸ਼ ਹੋਏ ਪਏ ਸੀ, ਮੈਂ ਤੁਹਾਨੂੰ ਵੇਖਿਆ, ਮੈਂ ਤੁਹਾਨੂੰ ਚੁੱਕ ਕੇ ਲੈ ਆਇਆ। ਤੁਹਾਨੂੰ ਮਹਾਂਪੁਰਖੋ ਪਹਿਲਾਂ ਭਾਫ਼ ਦਿੱਤੀ, ਹੀਟ ਦਿੱਤੀ, ਗਰਮ ਪਾਣੀ ਨਾਲ ਇਸ਼ਨਾਨ ਕਰਾਇਆ, ਗਰਮ ਰਜਾਈਆਂ ਦਿੱਤੀਆਂ, ਤੇਲ ਦੀ ਮਾਲਿਸ਼ ਕੀਤੀ, ਹੁਣ ਤੁਹਾਨੂੰ ਦੁੱਧ ਪੀ ਕੇ ਸੁਰਤ ਆਈ ਹੈ। ਪਰ ਮਹਾਂਪੁਰਖੋ ਤੁਹਾਨੂੰ ਧੱਕਾ ਕਿਹਨੇ ਮਾਰਿਆ ਇਸ ਤਰ੍ਹਾਂ? ਤੇ ਸਾਧੂ ਭਾਈ ਕਹਿੰਦੇ, ਭਾਈ ਜਿਵੇਂ ਜੇ ਤੂੰ ਦੁੱਧ ਪਿਆ ਦਿੱਤਾ, ਇਵੇਂ ਜੇ ਕਿਸੇ ਨੇ ਧੱਕਾ ਮਾਰਤਾ ਸਾਨੂੰ। ਇਹੋ ਜਿਹੇ ਹੁੰਦੇ ਆ ਭਾਈ, ਨਾ ਉਹ ਕਿਸੇ ਦੁੱਧ ਪਿਆਉਣ ਵਾਲੇ ਨੂੰ ਬਾਹਲੀ ਸਾਵਾ ਸੇ ਦਿੰਦੇ ਆ, ਤੇ ਧੱਕਾ ਮਾਰਨ ਵਾਲੇ ਨੂੰ ਬੜਾ ਸਰਾਫ ਜਾ ਨਹੀਂ ਦਿੰਦੇ, ਕਿਉਂਕਿ ਉਹਨਾਂ ਦੀ ਅਵਸਥਾ ਤਾਂ ਇਹ ਹੁੰਦੀ ਵੀ ਵਾਹਿਗੁਰੂ ਦੇ ਹੁਕਮ 'ਚ ਹੋ ਰਹੇ ਹੈ, ਜੋ ਹੋ ਰਿਹਾ ਉਸ ਦੀ ਰਜ਼ਾ 'ਚ ਹੈ। ਇਸ ਵਾਸਤੇ ਮਹਾਰਾਜ ਕਹਿੰਦੇ, ਨਾ ਹੀ ਮਾਨ ਅਪਮਾਨਾ, ਨਾ ਉਹਨਾਂ ਨੂੰ ਮਾਨ ਅਪਮਾਨ ਦਾ ਹੀ ਹੁੰਦਾ ਕੋਈ। ਆਸਾ ਮਨਸਾ ਸਗਲ ਤੇ ਆਗੈ ਜਗ ਤੇ ਰਹਿ ਨਿਰਾਸਾ, ਨਾ ਹੀ ਮਾਨ। ਗੁਰੂ ਮਹਾਰਾਜ ਦੇ ਨਿੰਦਿਆ ਕੀਤੀ, ਇੰਨੀ ਕੁ ਨਿੰਦਿਆ ਕੀਤੀ, ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਜੇ ਸਾਡਾ ਮਰਦਾਨਾ ਨਾ ਹੁੰਦਾ ਧੰਨ ਗੁਰੂ ਨਾਨਕ ਦੇਵ ਜੀ ਨਾਲ ਕਿਹਨੇ ਜਾਣਨਾ ਸੀ? ਬੜੇ ਭਾਈ ਵੱਧ ਘੱਟ ਬਚਨ ਇਹਨਾਂ ਨੇ ਜਦੋਂ ਐਸੇ ਬਚਨ ਵੀ ਬੋਲੇ ਨਾ, ਪਹਿਲਾਂ ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਆਖੀ ਗਏ ਕਿ ਤੁਸੀਂ ਸਭ ਕੁਛ ਕੀਰਤਨ ਅਸੀਂ ਕਰਦੇ ਹਾਂ, ਤੁਸੀਂ ਲੁੱਟ ਕੇ ਲੈ ਜਾਂਦੇ ਹੋ, ਲਟੇਰੇ ਹੋ, ਬੜਾ ਕੁਛ ਬੋਲੇ। ਪਰ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਿੰਦਿਆ ਵੀ ਕੀਤੀ ਇਹਨਾਂ ਨੇ, ਤੇ ਬੋਲਦੇ ਤਾਂ ਗੁਰੂ ਇਹ ਅੰਗਦ ਦੇਵ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਕੁਛ ਕਹਿ ਗਏ। ਮਹਾਰਾਜ ਕਹਿੰਦੇ ਫਿੱਟ ਗਏ ਤੁਸੀਂ, ਫਿੱਟ ਗਏ, ਉਹ ਤੁਹਾਨੂੰ ਫਿੱਟਿਆਂ ਨੂੰ ਬਖਸਾਉਣ ਵਾਲਾ ਵੀ ਸਾਡਾ ਸਿੱਖ ਨਹੀਂ ਹੋਊਗਾ। ਆਓ ਚੱਲੀਏ ਭਾਈ, ਕੀਰਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਆਰੰਭ ਕਰੋ, ਆਰੰਭ ਹੋਇਆ ਕੀਰਤਨ ਵਿਦਿਆ ਪੰਥ ਅੰਦਰ ਜੋ ਮਿਲੀ ਦਾਤ। ਬਾਬਾ ਬੁੱਢਾ ਸਾਹਿਬ ਜੀ ਨੇ ਕੀਰਤਨ ਕੀਤਾ, ਭਾਈ ਗੁਰਦਾਸ ਜੀ ਨੇ ਕੀਰਤਨ ਕੀਤਾ, ਗੁਰੂ ਪੰਥ ਕੀਰਤਨ ਕਰਦਾ ਹੁਣ। ਇਹ ਰਹਿਮਤਾਂ ਹੋਈਆਂ ਉਸ ਟਾਈਮ, ਇਹ ਫਿੱਟ ਗਏ ਜਦੋਂ ਆਪਣੇ ਘਰੋਂ ਨਿਕਲਿਆ ਕਰਨ, ਕੋਈ ਇਹਨਾਂ ਨੂੰ ਕੀਰਤਨ ਵਾਸਤੇ ਨਾ ਸੱਦਿਆ ਕਰੇ, ਘਰੋਂ ਨਿਕਲਿਆ ਕਰਨ, ਲੋਕ ਕਹਿੰਦੇ ਇਹਨਾਂ ਨੂੰ ਵੇਖ ਕੇ ਫਿੱਟੇ ਆ ਰਹੇ ਆ, ਫਿੱਟੇ ਦਰਵਾਜ਼ੇ ਬੰਦ ਕਰ ਲਿਆ ਕਰਨ, ਭੁੱਖੇ ਮਰਨ ਲੱਗੇ ਲੋਕਾਂ ਦੇ ਘਰਾਂ 'ਚ ਜਾ ਕੇ ਆਵਾਜ਼ਾਂ ਦਿਆ ਕਰਨ, ਉਹ ਭਾਈ ਦਰਵਾਜ਼ਾ ਖੋਲੋ ਅਸੀਂ ਸੱਤਾ ਤੇ ਬੁਲਵਾਂਡ ਹੈ, ਕਿਉਂਕਿ ਬੜੀ ਇੱਜ਼ਤ ਦਿੰਦਾ ਸੀ ਪੰਥ ਇਹਨਾਂ ਨੂੰ, ਬੜਾ ਸਤਿਕਾਰ ਸੀ ਪੰਥ ਅੰਦਰ ਇਹਨਾਂ ਦਾ, ਗੁਰੂ ਕੇ ਸਿੱਖ ਸਪੈਸ਼ਲ ਮਿਲਣ ਜਾਇਆ ਕਰਦੇ ਇਹਨਾਂ ਦੇ ਘਰ। ਪਰ ਹੁਣ ਐਸੀ ਹਾਲਤ, ਗੁਰੂ ਕੇ ਸਿੱਖ ਦੇਖ ਕੇ ਦਰਵਾਜ਼ੇ ਬੰਦ ਕਰ ਲਿਆ ਕਰਨ, ਦੁੱਖ ਭੁੱਖ ਨਾਲ ਲਾਚਾਰ ਹੋਏ ਫਿੱਟੇ ਹੋਏ, ਫਿਰ ਇਹ ਕੋਠਿਆਂ ਤੇ ਚੜ੍ਹ ਕੇ ਸਾਰਾ ਸਾਰਾ ਦਿਨ ਚੀਕੀ ਜਾਇਆ ਕਰਨ, ਸਾਰੀ ਸਾਰੀ ਰਾਤ ਧਾਹਾਂ ਮਾਰੀ ਜਾਇਆ ਕਰਨ, ਉਹ ਸਾਨੂੰ ਬਖਸ਼ਾ ਦਿਓ। ਉਹ ਅਸੀਂ ਭੁੱਲ ਗਏ ਸੰਗਤ ਜੀ, ਉਹ ਅਸੀਂ ਭੁੱਖੇ ਮਰਦੇ ਹਾਂ ਸੰਗਤ ਜੀ, ਸਾਨੂੰ ਬਖਸ਼ਾ ਦਿਓ। ਇਹਨਾਂ ਦੇ ਭਾਈ ਕੋੜ ਚੱਲ ਗਏ ਸਰੀਰਾਂ ਤੇ, ਬਿਲਕਿਆ ਕਰਨ ਰਾਤ ਨੂੰ, ਨਾ ਟੇਕ ਨਾ ਦਿਨੇ ਚੈਣ, ਸਾਰਾ ਦਿਨ ਭਾਈ ਤੜਫੀ ਜਾਇਆ ਕਰਨ। ਇਰਦ ਗਿਰਦ ਦੇ ਗੁਆਂਢ ਮੱਥੇ ਰਹਿਣ ਵਾਲੇ ਲੋਕ ਦੁਖੀ ਹੋ ਗਏ। ਇੱਕ ਗੁਰੂ ਕੇ ਸਿੱਖ ਨੇ ਆਖਿਆ, ਉਹ ਸਾਨੂੰ ਕੀ ਆਵਾਜ਼ਾਂ ਮਾਰਦੇ ਹੋ, ਸਾਡੇ ਚ ਸਮਰੱਥਾ ਹੈ ਨਹੀਂ।
ਲਾਹੌਰ ਚੱਲ ਜਾਓ ਲਾਹੌਰ, ਲਾਹੌਰ ਵਾਲੇ ਤੁਹਾਨੂੰ ਬਖਸ਼ਾ ਦੇਣਗੇ। ਪਰ ਲਾਹੌਰ ਆ ਗਏ ਇਹ, ਇੱਥੇ ਆ ਕੇ ਵੀ ਇਹਨਾਂ ਦੀ ਉਹੀ ਦੁਰਦਸ਼ਾ। ਪਤਾ ਲੱਗਾ ਇੱਕ ਗੁਰੂ ਕੇ ਸਿੱਖ ਪਰਉਪਕਾਰੀ ਦਾ, ਇਹਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਐ ਭਾਈ ਲੱਧਿਆ ਅਸੀਂ ਮਹਾਰਾਜ ਦੇ ਦਰ ਤੋਂ ਬੇਮੁੱਖ ਹੋ ਗਏ, ਸਾਨੂੰ ਬਖਸ਼ਾਓ। ਤਾਂ ਲੱਧਾ ਪਰਉਪਕਾਰੀ ਇਹਨਾਂ ਨੂੰ ਲੈ ਕੇ ਚੱਲ ਪਿਆ। ਇਹਨਾਂ ਨੇ ਦੱਸਿਆ ਕਿ ਗੁਰੂ ਕਾ ਹੁਕਮ ਹੈ, ਤੁਹਾਨੂੰ ਜਿਹੜਾ ਕੋਈ ਬਖਸ਼ਾਵੇਗਾ ਉਹਦਾ ਮੂੰਹ ਕਾਲਾ ਕਰ ਦੇਵਾਂਗੇ। ਇਹ ਕਹਿੰਦਾ ਕੋਈ ਮਹਿੰਗਾ ਸੌਦਾ ਨਹੀਂ, ਉਸੇ ਟਾਈਮ ਹੀ ਮੂੰਹ ਕਾਲਾ ਕਰ ਲਿਆ ਆਪਣਾ, ਗਲ ਵਿੱਚ ਛਿੱਤਰਾਂ ਦਾ ਹਾਰ ਪਾ ਲਿਆ, ਗਧੇ ਤੇ ਪੁੱਠਾ ਹੋ ਕੇ ਬੈਠ ਗਿਆ, ਢੋਲ ਵੀ ਆ ਕੇ ਅੱਗੇ, ਨਿਆਣੇ ਅੱਗੇ ਲਾ ਲਏ, ਰੌਲਾ ਪੈਂਦਾ ਜਾ ਰਿਹਾ। ਸਾਰੇ ਅੰਮ੍ਰਿਤਸਰ ਦਾ ਗੇੜਾ ਕੱਢਿਆ ਇਸ ਨੇ ਪਹਿਲਾਂ, ਗੇੜੇ ਦਿੰਦਾ ਦਿੰਦਾ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਹੌਲੀ ਹੌਲੀ ਦਰਬਾਰ ਸਾਹਿਬ ਦੇ ਨੇੜੇ ਵੱਲ ਆਇਆ ਤੇ ਗੁਰੂ ਕੇ ਸਿੱਖਾਂ ਆਖਿਆ, ਮਹਾਰਾਜ ਕਹਿਣ ਲੱਗੇ ਭਈਆ ਰੌਲਾ ਕਿਸ ਗੱਲ ਦਾ। ਇੱਕ ਗੁਰੂ ਕਾ ਸਿੱਖ ਪਤਾ ਕਰਕੇ ਆਇਆ, ਪਾਤਸ਼ਾਹ ਲੱਧਾ ਪਰਉਪਕਾਰੀ ਇਸ ਤਰ੍ਹਾਂ ਆ ਰਹੇ ਹੈ। ਪਾਤਸ਼ਾਹ ਜੀ ਸਿੰਘਾਸਣ ਤੋਂ ਨੰਗੇ ਪੈਰੀ ਉੱਠ ਕੇ ਗਏ ਤੇ ਲੱਧੇ ਪਰਉਪਕਾਰੀ ਨੂੰ ਮਹਾਰਾਜ ਨੇ ਆਪਣੇ ਹੱਥੀ ਉਸ ਗਧੇ ਤੋਂ ਉਤਾਰਿਆ, ਗਲਵਕੜੀ ਵਿੱਚ ਲਿਆ ਤੇ ਉਸੇ ਟਾਈਮ ਲੱਧੇ ਨੇ ਮਹਾਰਾਜ ਦੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਪਾਤਸ਼ਾਹ ਇਹਨਾਂ ਭੁੱਲਿਆਂ ਨੂੰ ਚਰਨੀ ਲਾ ਲਓ, ਆਪਣੇ ਦਰ ਦੇ ਰਾਗੀਆਂ ਨੂੰ ਬਖਸ਼ ਦੇਵੋ ਮਹਾਰਾਜ। ਸਤਿਗੁਰੂ ਜੀ ਗਲਵਕੜੀ ਵਿੱਚ ਲੈ ਕੇ ਲੱਧੇ ਦਾ ਮੁੱਖ ਧੋਤਾ ਮਹਾਰਾਜ ਨੇ ਆਪਣੇ ਹੱਥੀਂ, ਮੁੱਖ ਸਾਫ਼ ਕਰਕੇ ਮਹਾਰਾਜ ਨੇ ਨਵੇਂ ਵਸਤਰ ਪਹਿਨਾਏ ਤੇ ਨਾਲ ਬਚਨ ਕੀਤਾ, ਲੱਧਿਆ ਉਹ ਭਾਈ ਤੂੰ ਤਾਂ ਉਸ ਤਰ੍ਹਾਂ ਹੀ ਆ ਕੇ ਕਹਿ ਦਿੰਦਾ, ਤੇਰੀ ਤਾਂ ਉਵੇਂ ਵੀ ਅਸੀਂ ਮੰਨ ਲੈਂਦੇ, ਤੈਨੂੰ ਇਹ ਕੁਛ ਕਰਨ ਦੀ ਕੀ ਜ਼ਰੂਰਤ। ਕਹਿਣ ਲੱਗਾ ਮਹਾਰਾਜ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਕੋਈ ਮਹਿੰਗਾ ਸੌਦਾ ਨਹੀਂ ਸੀ ਮਹਾਰਾਜ, ਗੁਰੂ ਕਾ ਸਿੱਖ ਵਿਛੜਿਆਂ ਨੂੰ ਗੁਰੂ ਨਾਲ ਜੋੜਦਾ, ਉਹ ਜੋੜਨ ਵਾਸਤੇ ਗੁਰੂ ਕੇ ਸਿੱਖ ਨੂੰ ਕੋਈ ਵੀ ਕੀਮਤ ਚੁਕਾਉਣੀ ਪੈ ਜਾਵੇ, ਗੁਰੂ ਦੇ ਸਿੱਖ ਦਾ ਫਰਜ਼ ਹੈ ਵਿਛੜੇ ਨੂੰ ਗੁਰੂ ਨਾਲ ਜੋੜਨਾ, ਗੁਰੂ ਕੇ ਸਿੱਖ ਦਾ ਫਰਜ਼ ਹੈ। ਮਹਾਰਾਜ ਇਹ ਤਾਂ ਸ਼ਰਤ ਹੀ ਕੋਈ ਵੱਡੀ ਨਹੀਂ ਸੀ, ਇਹ ਉਹਨਾਂ ਗੁਰਸਿੱਖਾਂ ਦੀਆਂ ਕਰਨੀਆਂ ਹੈ ਭਾਈ, ਜੋ ਅੱਜ ਪੰਥ ਮਾਣ ਕਰ ਰਹੇ ਹੈ। ਗੁਰੂ ਕੇ ਸਿੱਖ ਆਪਣਾ ਮੂੰਹ ਕਾਲਾ ਕਰਕੇ ਵੀ ਟੁੱਟੇ ਨੂੰ ਗੁਰੂ ਘਰ ਨਾਲ ਜੋੜ ਦੇ ਰਹੇ ਹੈ, ਜੁੜੇ ਨੂੰ ਤੋੜਨ ਦਾ ਕਿੱਡਾ ਪਾਪ ਹੋਵੇਗਾ, ਕਿਉਂਕਿ ਜੋੜਨ ਵਾਸਤੇ ਗੁਰੂ ਕੇ ਸਿੱਖਾਂ ਨੂੰ ਇੰਨੀ ਕੀਮਤ ਚੁਕਾਉਣੀ ਪਈ ਭਾਈ, ਕਿ ਕੋਈ ਗੁਰੂ ਘਰ ਨਾਲ ਜੁੜ ਜਾਏ, ਕੋਈ ਗੁਰੂ ਮਤ ਨਾਲ ਜੁੜ ਜਾਏ, ਕੋਈ ਗੁਰੂ ਦਾ ਹੋ ਜਾਏ, ਗੁਰੂ ਦਾ ਬਣ ਜਾਏ, ਆਪਣਾ ਮੂੰਹ ਵੀ ਕਾਲਾ ਕੀਤਾ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜਿਹੜੇ ਮੁੱਖ ਨਾਲ ਇਹਨਾਂ ਨੇ ਗੁਰੂ ਦੀ ਨਿੰਦਿਆ ਕੀਤੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ, ਉਸੇ ਮੁੱਖ ਨਾਲ ਵਡਿਆਈਆਂ ਗਾਉਣ, ਫਿਰ ਇਹਨਾਂ ਨੇ ਸੱਤੇ ਬਲਵੰਡੇ ਦੀ ਜੋ ਵਾਰ ਹੈ ਉਹ ਗੁਰੂ ਮਹਾਰਾਜ ਦੀ ਸਿਫਤ ਅੰਦਰ ਉਚਾਰਨ ਕੀਤੀ। ਜਿਵੇਂ ਜਿਵੇਂ ਉਹ ਵਾਰ ਸਿਫਤ ਉਚਾਰੀ ਗਏ ਮਹਾਰਾਜ ਦੀ, ਉਵੇਂ 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 ਇਹਨਾਂ ਦਾ ਸਰੀਰ ਕੰਚਨ ਵਰਗਾ ਸੁੰਦਰ ਹੁੰਦਾ ਗਿਆ। ਉਸ ਵਾਰ ਨੂੰ ਪਾਤਸ਼ਾਹ ਜੀ ਨੇ ਰਾਮਕਲੀ ਦੀ ਤੀਸਰੀ ਵਾਰ ਦਰਜ ਕੀਤਾ। ਭਾਈ ਇਹ ਗੁਰੂ ਕੀ ਗੁਰੂ ਕੇ ਸਿੱਖਾਂ ਦੀ ਵਾਰ ਹੈ, ਜੇ ਕੋਈ ਭੁੱਲ ਕੇ ਵੀ ਗੁਰੂ ਘਰ ਆ ਕੇ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ। ਵਾਰ ਉਚਾਰੀ ਕੰਚਨ ਵਰਗਾ ਸਰੀਰ ਹੋ ਗਿਆ,
ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਭਾਈ ਕੋਈ ਕੋੜੀ ਵੀ ਇਸ ਵਾਰ ਦਾ ਸਿਮਰਨ ਕਰੇਗਾ ਉਹਦੇ ਕੋੜ ਦੂਰ ਹੋ ਜਾਇਆ ਕਰਨਗੇ। ਅੱਜ ਤਾਈ ਕੋੜੀਆਂ ਦੇ ਕੋੜ ਇਹ ਵਾਰ ਦਾ ਪਾਠ ਕਰਕੇ ਦੂਰ ਹੁੰਦੇ ਹੈ। ਇਹ ਬਾਣੀ ਦੀ ਸਰਬ ਕਲਾ ਸਮਰੱਥਤਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ, ਨਾਹੀਂ ਮਾਨ ਅਪਮਾਨਾ। ਉਹਨਾਂ ਦੇ ਮਨ ਵਿੱਚ ਮਾਨ ਵੀ ਨਹੀਂ ਹੁੰਦਾ ਕਿ ਦੁਨੀਆ ਪੂਜਦੀ ਹੈ, ਮੈਨੂੰ ਮੂੰਹ ਕਾਲਾ ਕਰਨ ਦੀ ਕੀ ਜ਼ਰੂਰਤ ਹੈ, ਅਪਮਾਨਿਤ ਹੋਣ ਮੈਂ ਕਿਉਂ ਅਪਮਾਨਿਤ ਹੋਵਾਂ। ਉਹਨਾਂ ਲਈ ਮਾਨ ਅਪਮਾਨ ਹੁੰਦਾ ਹੀ ਨਹੀਂ ਭਾਈ। ਉਹ ਪਰ ਉਪਕਾਰ ਨਿਤ ਚਿਤਵਤੇ, ਨਾ ਹੀ ਕਿਛ ਪੋਚ। ਉਹ ਪਰ ਉਪਕਾਰ ਹੀ ਚਿਤਵਦੇ ਹੈ, ਕਿਸੇ ਤੇ ਪਰ ਉਪਕਾਰ ਹੋ ਜਾਏ, ਮੂੰਹ ਕਾਲਾ ਵੀ ਕਿਉਂ ਨਾ ਕਰਾਉਣਾ ਪੈ ਜਾਵੇ। ਮਾਨ ਅਪਮਾਨ ਵਾਲੀ ਕਿਹੜੀ ਗੱਲ ਹੈ, ਨਾਹੇ ਮਾਨ ਅਪਮਾਨਾ, ਨਹੀਂ ਹੁੰਦਾ ਮਾਨ ਅਪਮਾਨ ਉਹਨਾਂ ਦੇ ਅੰਦਰ ਭਾਈ। ਆਸਾ ਮਨਸਾ, ਆਸਾ ਹੁੰਦੀ ਹੈ ਭਾਈ ਬੁੱਧੀ ਦੀ, ਮਨਸਾ ਹੁੰਦੀ ਹੈ ਬੁੱਧੀ ਦੀ, ਆਸਾ ਹੁੰਦੀ ਹੈ ਮਨ ਦੀ। ਮਨ ਕਹਿ ਰਵਿਦਾਸ ਆਸ ਲੱਗ ਜੀਵਾਂ। ਉਹਨਾਂ ਦੇ ਮਨ ਵਿੱਚ ਆਸਾ ਵੀ ਨਹੀਂ ਹੈ ਸੰਸਾਰ ਦੀ ਵਾਸਨਾ। ਉਹਨਾਂ ਦੇ ਮਨ ਵਿੱਚ ਮਨਸਾ ਬੁੱਧੀ ਦੇ ਵਿੱਚ ਕਿ ਆਹ ਵਸਤੂ ਮਿਲ ਗਈ ਤਾਂ ਏਦਾਂ ਕਰਾਂਗੇ, ਏਦਾਂ ਬੁੱਧੀ ਵਾਲੀ ਹੋਂਦ ਵੀ ਨਹੀਂ। ਆਸਾ ਮਨਸਾ ਸਗਲ ਤਿਆਗੈ, ਉਹਨਾਂ ਨੇ ਆਸਾ ਵਾਲੇ ਪਦਾਰਥ ਵੀ ਤੇ ਮਨਸਾ ਵਾਲੀਆਂ ਬਾਣਸਨਾ ਵੀ ਸਗਲ ਤਿਆਗੈ, ਸਾਰੀਆਂ ਹੀ ਤਿਆਗ ਦਿੱਤੀਆਂ। ਨਾ ਉਹਨਾਂ ਦੇ ਮਨ ਵਿੱਚ ਸੰਸਾਰ ਦੀ ਆਸ ਹੁੰਦੀ ਹੈ, ਨਾ ਬੁੱਧੀ ਅੰਦਰ ਪਦਾਰਥਾਂ ਦੀ ਮਨਸਾ ਹੁੰਦੀ ਹੈ। ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਉਹ ਸੰਸਾਰ ਤੋਂ ਵੀ ਨਿਰਆਸ ਰਹਿੰਦੇ ਹੈ, ਸੰਸਾਰ ਤੇ ਰਹਿੰਦੇ ਹੈ ਪਰ ਆਸ ਕੋਈ ਨਹੀਂ ਹੈ। ਕੈਸੇ ਰਹਿੰਦੇ ਹੈ? ਭਗਤ ਕਬੀਰ ਜੀ ਦਾ ਮਹਾਂਵਾਕ ਹੈ, ਉਹਨਾਂ ਦੀ ਰਹਿਣੀ ਹੁੰਦੀ ਹੈ, ਕਬੀਰ ਭਲੀ ਮਧੂਕਰੀ, ਨਾਨਾ ਵਿਦ ਕੋ ਨਾਯੋ, ਦਾਵਾ ਕਾਹੂ ਕੋ ਨਹੀਂ, ਵੱਡੋ ਦੇਸ ਵੱਡ ਰਾਜੋ। ਕਹਿੰਦੇ ਮਧੂਕਰੀ ਵੀ ਚੰਗੀ ਆ ਮੰਗ ਕੇ ਖਾਣਾ ਵੀ, ਨਾਨਾ ਤਰ੍ਹਾਂ ਦਾ ਅਨਾਜ ਹੋਵੇਗਾ ਉਸ ਵਿੱਚ, ਪਰ ਦਾਵਾ ਨਹੀਂ ਕਿਸੇ ਦਾ। ਕੋਈ ਇਹ ਨਹੀਂ ਕਹਿ ਸਕਦਾ ਤੈਨੂੰ ਮੈਂ ਖਵਾਇਆ ਭਾਈ, ਦਾਵਾ ਕਾਹੂ ਕੋ ਨਹੀਂ, ਵੱਡੋ ਦੇਸ਼ ਵੱਡ ਰਾਜ। ਬੜਾ ਵੱਡਾ ਦੇਸ਼ ਹੈ ਭਾਈ, ਉੱਤਰ ਵੱਲ ਨੂੰ ਚੱਲ ਜਾਓ, ਦੱਖਣ ਪੂਰਬ ਪੱਛਮ ਵੱਲ ਨੂੰ, ਜਿੱਧਰ ਨੂੰ ਮਰਜ਼ੀ ਚੱਲ ਜਾਓ, ਕਿਉਂਕਿ ਸਗਲੀ ਧਰਤੀ ਸਾਧਕੀ, ਸਾਧ ਤਾਂ ਜਿੱਧਰ ਨੂੰ ਮਰਜ਼ੀ ਚੱਲ ਜਾਏ ਭਾਈ। ਕਹਿੰਦੇ ਧਰਤੀ ਤੰਗ ਨਹੀਂ ਸਾਧ ਨੰਗ ਨਹੀਂ ਤਾਂ ਕਹਿੰਦੇ ਹੈ। ਦਾਵਾ ਕਾਹੂ ਕੋ ਨਹੀਂ, ਕਿਸੇ ਦਾ ਦਾਵਾ ਨਹੀਂ ਭਾਈ, ਕਿਸੇ ਦਾ ਦਾਈਆ ਨਹੀਂ। ਵੱਡਾ ਦੇਸ਼ ਹੈ, ਵੱਡਾ ਰਾਜ ਹੈ ਭਾਈ ਉਹਨਾਂ ਰਾਜਿਆਂ ਦਾ। ਤੇ ਭਗਤ ਕਬੀਰ ਜੀ ਨੇ ਇਹੋ ਉਪਦੇਸ਼ ਅੰਮ੍ਰਿਤ ਗੁਰਬਾਣੀ ਅੰਦਰ ਬਚਨ ਕੀਤੇ ਹੈ ਕਿ ਜੋ ਜਨ ਨਰਧਾਵੇ ਰਹਿ, ਸੋ ਗਣੈ ਇੰਦਰ ਕੋ ਰੰਕ। ਦਾਵਾ ਨਹੀਂ ਰੱਖਣਾ ਭਾਈ, ਦਾਵਾ ਨਹੀਂ ਰੱਖਣਾ, ਦਾਈਏ ਤੋਂ ਰਹਿਤ ਰਹਿਣਾ, ਦਾਈਏ ਤੋਂ ਰਹਿਤ। ਦਾਵਾ ਜਦੋਂ ਕਰਾਂਗੇ ਉਦੋਂ ਭਾਈ ਉਸ ਚੀਜ਼ ਦਾ ਦੁੱਖ ਵੀ ਸਹਾਰਨਾ ਪਵੇਗਾ, ਕਿਉਂਕਿ ਦਾਵਾ ਬੰਧਣਾ ਕਿਸੇ ਵਸਤੂ ਦਾ। ਤੇ ਨਿਰਦਾਵੇ ਹੈ ਜਿਹੜਾ, ਜਿਹਨੂੰ ਦਾਵਾ ਹੀ ਕੋਈ ਨਹੀਂ ਹੈ, ਉਹ ਇੰਦਰ ਨੂੰ ਵੀ ਕੰਗਾਲ ਜਾਣਦਾ, ਉਹ ਇੰਦਰ ਨੂੰ ਵੀ ਕੰਗਾਲ ਜਾਣਦਾ ਭਾਈ, ਜਿਹਦਾ ਦਾਵਿਆ ਕੋਈ ਨਹੀਂ, ਦਾਵਾ ਕੋਈ ਨਹੀਂ। ਐਦਾਂ ਉਹਨਾਂ ਦਾ ਕੋਈ ਦਾਵਾ ਨਹੀਂ ਹੁੰਦਾ ਭਾਈ, ਉਹ ਨਿਰਦਾਵੇ ਹੁੰਦੇ ਆ, ਜਿਸ ਕਰਕੇ ਇੰਦਰ ਵੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੰਗਾਲ ਹੁੰਦਾ, ਇੰਦਰ ਵੀ ਕੰਗਾਲ ਹੁੰਦਾ ਉਹਨਾਂ ਦੀ ਦ੍ਰਿਸ਼ਟੀ ਅੰਦਰ। ਸਿਕੰਦਰ ਕਹਿਣ ਲੱਗਾ ਫਕੀਰ ਨੂੰ, ਫਕੀਰਾ ਚੱਲ ਤੈਨੂੰ ਮੌਜ ਕਰਾਵਾਂ। ਫਕੀਰ ਪਿਆ ਸੀ ਵਰੇਤੀ, ਦਰਿਆ ਦੀ ਠੰਡੀ ਵਰੇਤੀ ਤੇ ਲਿਟਿਆ, ਉਹ ਸਿਕੰਦਰ ਨੂੰ ਕਹਿਣ ਲੱਗਾ ਕਿਵੇਂ ਕਰਾਏਗਾ। ਕਹਿਣ ਲੱਗਾ ਮੈਂ ਦੇਸਾਂ ਨੂੰ ਜਿੱਤਦਾ ਜਾ ਰਿਹਾ,
ਦੇਸ਼ ਜਿੱਤਣ ਤੋਂ ਬਾਅਦ ਦੇਸ਼ ਜਿੱਤਣ ਤੋਂ ਬਾਅਦ ਮੌਜ ਕਰਾਂਗਾ ਔਰ ਤੈਨੂੰ ਕਰਾਵਾਂਗਾ। ਫਕੀਰ ਕਹਿਣ ਲੱਗਾ ਉਹ ਪ੍ਰੇਮੀਆਂ ਜਿਹੜੀ ਮੌਜ ਤੂੰ ਦੇਸ਼ ਜਿੱਤਣ ਤੋਂ ਬਾਅਦ ਕਰੇਗਾ ਮੈਂ ਉਹ ਮੌਜ ਹੁਣ ਕਰੀ ਜਾਂਦਾ। ਆ ਤੈਨੂੰ ਮੈਂ ਮੌਜ ਕਰਾਵਾਂ। ਛੱਡ ਘੋੜਾ ਛੱਡ ਫੌਜਾਂ, ਕਿਉਂ ਲੋਕਾਂ ਨੂੰ ਦੁੱਖ ਦਿੰਦਾ ਫਿਰਦਾ। ਆ ਪਹਿਨਲਾ ਮੇਰੀ ਖਫਣੀ, ਆ ਖੱਬੇ ਬੰਨੇ ਪੈ ਜਾ ਭਾਈ ਬਰੇਤੀ ਤੇ, ਖੁੱਲੀ ਹਵਾ ਆ ਰਹੀ ਹੈ ਆਕਾਸ਼ ਦੀ, ਆ ਰੇਕੜਾ ਦਰਿਆ ਚੱਲ ਰਿਹਾ ਪਰਮੇਸ਼ਵਰ ਦਾ, ਆਨੰਦ ਨਾਲ ਲਿਟ ਜਿੰਨਾ ਚਿਰ ਸੋਹਣੇ ਸੌ ਉੱਠ ਕੇ ਰੱਬ ਨੂੰ ਚੇਤੇ ਕਰਾਂਗੇ। ਆ ਤੈਨੂੰ ਮੌਜ ਕਰਾਵਾਂ। ਤੇਰੇ ਵਾਲੀ ਮੌਜ ਪਤਾ ਨਹੀਂ ਹੋਣੀ ਹੈ ਕਿ ਨਹੀਂ, ਉਹ ਫਕੀਰ ਦੀ ਮੌਜ ਉਦੋਂ ਵੀ ਮੌਜ ਸੀ, ਪਰ ਬਾਦਸ਼ਾਹ ਦੀ ਮੌਜ ਦੁਨੀਆਂ ਨੂੰ ਜਿੱਤਣ ਤੋਂ ਬਾਅਦ ਵੀ ਅਖੀਰ ਨੂੰ ਐਂ ਕਹਿੰਦਾ ਮਰ ਗਿਆ, ਉਹ ਜਦੋਂ ਮੈਂ ਮਰਿਆ ਮੇਰਾ ਜਨਾਜ਼ੇ ਤੋਂ ਬਾਹਰ ਰੱਖਿਓ ਹੱਥਾਂ ਨੂੰ ਪੈਰਾਂ ਨੂੰ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ। ਸਾਰੀ ਉਮਰ ਦੁਨੀਆਂ ਨੂੰ ਜਿੱਤਦਾ 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 ਦੁਨੀਆਂ ਨੂੰ ਮਰ ਗਿਆ, ਪਰ ਮਰਨ ਤੋਂ ਬਾਅਦ ਅੱਜ ਨੰਗੇ ਪੈਰੀ ਤੇ ਖਾਲੀ ਹੱਥ ਜਾ ਰਿਹਾ ਉਹ ਦੁਨੀਆਂ ਦਾ ਬਾਦਸ਼ਾਹ ਜਿਹਨੇ ਇੰਨੀਆਂ ਜੰਗਾਂ ਲੜੀਆਂ। ਜੰਗਾਂ ਲਾਉਣੀਆਂ ਸੌਖੀਆਂ ਹੁੰਦੀਆਂ ਸੰਗਤ ਜੀ, ਖਮਿਆਜੇ ਭੋਗਣੇ ਉਹਨਾਂ ਦੇ ਬੜੇ ਔਖੇ ਹੈ। ਜਿਹਨੇ ਇੰਨੀਆਂ ਜੰਗਾਂ ਲੜੀਆਂ, ਇੰਨੇ ਲੋਕਾਂ ਦਾ ਕਹਿਣ ਕੀਤਾ, ਇੰਨੇ ਲੋਕਾਂ ਨੂੰ ਬੇਘਰ ਕੀਤਾ, ਇੰਨੀਆਂ ਧੀਆਂ ਭੈਣਾਂ ਰੰਡੀਆਂ ਕੀਤੀਆਂ, ਇੰਨੀਆਂ ਮਾਵਾਂ ਦੇ ਪੁੱਤ ਮਾਰੇ, ਇੰਨੇ ਘਰ ਇਸ ਨੇ ਉਜਾੜੇ, ਅੱਜ ਉਹ ਨੰਗੇ ਪੈਰੀ ਜਾ ਰਿਹਾ ਦੁਨੀਆਂ ਦਾ ਜੇਤੂ, ਨੰਗੇ ਪੈਰੀ ਜਾ ਰਿਹਾ ਦੁਨੀਆਂ ਦਾ ਜੇਤੂ, ਨੰਗੇ ਹੱਥ ਖਾਲੀ ਹੱਥ ਜਾ ਰਿਹਾ। ਕੱਖ ਨਹੀਂ ਹੈ ਦੁਨੀਆਂ ਜਿੱਤਣ ਵਾਲੇ ਕੋਲੇ ਵੀ, ਮਰਨਾ ਤਾਂ ਇੱਕ ਦਿਨ ਏਦਾਂ ਹੀ ਹੈ। ਫਕੀਰ ਦੀ ਮੌਜ ਹਮੇਸ਼ਾ ਦੀ ਮੌਜ ਹੈ। ਤਾਂ ਗਰੀਬ ਨਵਾਜ ਮਹਾਰਾਜ ਫਰਮਾਨ ਕਰਦੇ ਆ ਅੰਮ੍ਰਿਤੋਪਦੇਸ਼ ਕਿ ਭਾਈ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਆਸਾ। ਆਸ ਕੋਈ ਨਹੀਂ ਸੰਸਾਰ ਤੇ ਰਹਿਣ ਦੀ ਭਾਈ, ਜਿੰਨਾ ਚਿਰ ਰਹਿੰਦਾ ਆਸ ਰਹਿਤ ਕੋਈ ਆਸ ਨਹੀਂ ਸੰਸਾਰ ਦੀ। ਜਿੰਨਾ ਚਿਰ ਸੰਸਾਰ ਦੀ ਆਸ ਹੈ ਓਨਾ ਚਿਰ ਦੁਖੀ ਹੁੰਦਾ, ਦੁਖੀ ਆ। ਜਦੋਂ ਸੰਸਾਰ ਦੀ ਆਸ ਤੋਂ ਨਿਰਲੇਪ ਹੋ ਜਾਂਦਾ, ਜਿਵੇਂ ਜਿਵੇਂ ਕੋਈ ਸੰਸਾਰ ਦੀ ਆਸਾ ਤਿਆਗ ਦਿੰਦਾ ਉਵੇਂ 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 ਹੀ ਸੌਖਾ ਹੋ ਜਾਂਦਾ। ਸੰਸਾਰ ਇੱਕ ਆਸ ਪੂਰੀ ਕਰਕੇ ਦਸ ਵਾਰ ਜਲੀਲ ਕਰਦਾ, ਉਹ ਦਾਤਾ ਇੱਕ ਆਸ ਪੂਰੀ ਕਰਕੇ ਸੌ ਪਰਦੇ ਢੱਕ ਦਿੰਦਾ, ਸੌ ਪਰਦੇ। ਐਸਾ ਜਿਸ ਕਾ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਇਸ ਕਰਕੇ ਉਹ ਭਾਈ ਦੁਨੀਆਂ ਦੀ ਜਿਹੜੀ ਆਸ ਹੈ ਉਸ ਤੋਂ ਨਿਰਾਸ਼ ਹੋ ਜਾਂਦੇ ਆ, ਕੋਈ ਆਸ ਨਹੀਂ ਦੁਨੀਆਂ ਦੀ। ਕਿਉਂਕਿ ਉਹ ਤਾਂ ਇਹ ਜਾਣ ਲੈਂਦੇ ਆ ਸਭ ਜਗ ਡਿੱਠੀ ਹੋ ਫਿਰੀ, ਮਾਂਦਲ ਢੋਲ ਚੜਾਏ ਕੋ ਕਾਹੂ ਕੋ ਨਹੀਂ, ਸਭ ਡਿੱਠੀ ਠੋਕ ਵਜਾਏ। ਉਹ ਸੰਸਾਰ ਨੂੰ ਐ ਵੇਖ ਚੁੱਕੇ ਹੁੰਦੇ ਆ, ਇਸ ਵਾਸਤੇ ਜਗ ਤੇ ਰਹਿ ਨਿਰਾਸਾ। ਮਹਾਰਾਜ ਫਰਮਾਨ ਕਰਦੇ ਆ ਭਾਈ ਕਾਮ ਕ੍ਰੋਧ ਜਿਹੇ ਪਰਸੈ ਨਾਹਿਨ, ਜਿਨ੍ਹਾਂ ਨੂੰ ਕਾਮ ਵੀ ਨਹੀਂ ਪਰਸਦਾ ਕ੍ਰੋਧ ਵੀ ਨਹੀਂ ਪਰਸਦਾ, ਜਿਹੇ ਪਰਸੈ ਨਾਹਿਨ ਜਿਨ੍ਹਾਂ ਨੂੰ ਨਹੀਂ ਪੋਂਦੇ ਨਹੀਂ ਵਿਆਪਦੇ, ਇਹ ਹਾਲਾਤ ਉਹਨਾਂ ਨੂੰ ਤੰਗ ਨਹੀਂ ਕਰਦੇ। ਆਪਣਾ ਜੀਵਨ ਜਿਉਂਦੇ ਆ ਮਰਜ਼ਾਦਾ ਪ੍ਰਸੋਤਮ ਹੋ ਜਾਂਦੇ ਆ। ਆਪਣੇ ਜੀਵਨ ਦੇ ਵਿੱਚ ਉਹ ਸੰਸਾਰ ਧੀਆਂ ਪੁੱਤ ਉਹ ਭਾਈ ਸਿਰਜ ਦੇ ਪਾਲ ਦੇ ਵੀ ਹੈ, ਸੰਸਾਰ ਦੀ ਪ੍ਰਕਿਰਿਆ ਮਰਜ਼ਾਦਾ ਪੂਰੀ ਰੱਖਦੇ ਕਰਦੇ ਹੈ, ਪਰ ਪਰਸੈ ਨਾਹਿਨ ਉਹ ਪਰਸਦੇ ਨਹੀਂ। ਮਰਜ਼ਾਦਾ ਸੰਸਾਰ ਦੀ ਪੂਰੀ, ਮਰਜ਼ਾਦਾ ਇੰਦਰੀਆਂ ਦੀ ਪੂਰੀ, ਮਰਜ਼ਾਦਾ ਸਰੀਰ ਦੀ ਪੂਰੀ, ਮਰਜ਼ਾਦਾ ਸੰਸਾਰ ਦੀ ਪੂਰੀ, ਪਰ ਉਹ ਮਰਿਆਦਾ ਪੁਰਸ਼ੋਤਮ ਹੋ ਨਿਬੜਦੇ ਹੈ, ਉਹਨਾਂ ਦੇ ਸਰੀਰ ਵਿੱਚ ਕੋਈ ਵੀ ਬੇਮਰਿਆਦਾ ਨਹੀਂ ਹੁੰਦੀ। ਕੋਈ ਨਹੀਂ ਕਹਿ ਸਕਦਾ ਉਹਨਾਂ ਦੀ ਭਾਈ ਕਿ ਉਹਨਾਂ ਨੇ ਐਸੀ ਅਪਹੁਦਰੀ ਕੀਤੀ ਉਹਨਾਂ ਗੁਰਮੁਖਾਂ ਨੂੰ, ਕਿਉਂਕਿ ਕਾਮ ਕ੍ਰੋਧ ਪਰਸੈ ਨਾਹਿਨ, ਪਰਸਦੇ ਨਹੀਂ, ਦੁਖੀ ਨਹੀਂ ਕਰਦੇ। ਕਿਉਂ ਤੇਹ ਕਟ ਬ੍ਰਹਮ ਨਿਵਾਸਾ,
ਪਾਤਸ਼ਾਹ ਜੀ ਕਹਿੰਦੇ ਭਾਈ ਤੇ ਉਹਨਾਂ ਦੇ ਘੱਟ ਸਰੀਰ ਅੰਦਰ ਬ੍ਰਹਮ ਦਾ ਨਿਵਾਸ ਹੁੰਦਾ ਤੇ ਉਹਨਾਂ ਦੇ ਘੱਟ ਸਰੀਰ ਅੰਦਰ ਬ੍ਰਹਮ ਦਾ ਨਿਵਾਸ ਬ੍ਰਹਮ ਟਿਕਿਆ। ਜਿਹਨਾਂ ਦੇ ਸਰੀਰ ਅੰਦਰ ਬ੍ਰਹਮ ਟਿਕਿਆ ਉਹਨਾਂ ਨੂੰ ਕਾਮ ਕ੍ਰੋਧ ਵੀ ਨਹੀਂ ਪਰਸਦਾ। ਗੁਰ ਕਿਰਪਾ ਜਿਹ ਨਰਕਾ ਕੀਨੀ ਤਹ ਇਹ ਜੁਗਤ ਪਛਾਨੀ। ਸਤਿਗੁਰੂ ਜੀ ਫਰਮਾਨ ਕਰਦੇ ਆ ਇਹ ਭਾਈ ਗੁਰ ਕਿਰਪਾ ਹੈ, ਇਹ ਸਭ ਕੁਛ ਜੋ ਹੈ ਗੁਰ ਕਿਰਪਾ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਜਿਹੜੇ ਨਰ ਮਨੁੱਖ ਨੂੰ ਗੁਰੂ ਨੇ ਕਿਰਪਾ ਕੀਨੀ। ਗੁਰੂ ਨਾਨਕ ਦੇਵ ਜੀ ਤਰੁੱਠ ਪਏ ਜਿਸ ਉੱਪਰ, ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਤਰੁੱਠ ਪਏ ਜਿਹਦੇ ਉੱਪਰ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਉੱਪਰ ਤਰੁੱਠ ਪਏ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਜਿਹੜੇ ਮਨੁੱਖ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਨੀ ਕਰ ਦਿੱਤੀ, ਤੇ ਉਸ ਮਨੁੱਖ ਨੇ ਇਹ ਜੁਗਤੀ ਪਛਾਣੀ ਪਹਿਚਾਣ ਲਈ। ਇਹ ਜੁਗਤੀ ਹੈ ਭਾਈ, ਇਹ ਜੁਗਤੀ ਹੈ, ਇਹ ਜੁਗਤੀ ਕਿਹਨੇ ਪਹਿਚਾਨੀ ਹੈ? ਇਹ ਪਹਿਚਾਣਦਾ ਵੀ ਉਹ ਆ ਜੀ ਤੇ ਗੁਰੂ ਕਿਰਪਾ ਕਰਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਇਹ ਗੁਰੂ ਦੀ ਪੂਰੀ ਕਿਰਪਾ ਭਾਈ, ਫਿਰ ਜੁਗਤੀ ਦਾ ਪਤਾ ਲੱਗਦਾ। ਇਹ ਜੁਗਤੀ ਜਿਹੜੀ ਭਾਈ ਕਿ ਦੁੱਖ ਨੂੰ ਦੁੱਖ ਨਹੀਂ ਮੰਨਣਾ, ਸੁੱਖ ਨਾਲ ਸਨੇਹ ਨਹੀਂ ਕਰਨਾ, ਸੋਨੇ ਨੂੰ ਮਿੱਟੀ ਸਮਝਣਾ, ਕਿਸੇ ਦਾ ਭੈ ਡਰ ਨਹੀਂ ਰੱਖਣਾ, ਨਾ ਕਿਸੇ ਦੀ ਨਿੰਦਿਆ ਕਰਨੀ, ਨਾ ਉਸਤਤ ਚਾਪਲੂਸੀ ਕਰਨੀ, ਲੋਭ ਮੋਹ ਅਭਿਮਾਨ ਤੋਂ ਰਹਿਤ ਹੋਣਾ, ਦੁਨੀਆਂ ਵਿੱਚ ਖੁਸ਼ੀ ਤੇ ਗਮੀ ਦੋਨੇ ਹੀ ਨਹੀਂ ਕਰਨੀ, ਮਾਨ ਅਪਮਾਨ ਤੋਂ ਰਹਿਤ ਹੋਣਾ, ਆਸਾ ਮਨ ਦੀ ਤੇ ਮਨਸਾ ਬੁੱਧੀ ਦੀ ਖਤਮ ਹੋ ਗਈ, ਜੱਗ ਤੋਂ ਨਿਰਾਸ਼ ਹੋ ਗਏ, ਜੱਗ ਦੀ ਆਸ ਕੋਈ ਨਹੀਂ, ਆਪਣੇ ਆਨੰਦ ਵਿੱਚ ਹੈ, ਕਾਮ ਕ੍ਰੋਧ ਪੂੰਦਾ ਨਹੀਂ ਜਿਨ੍ਹਾਂ ਨੂੰ, ਤੇ ਬ੍ਰਹਮ ਦਾ ਨਿਵਾਸ ਜਿਨ੍ਹਾਂ ਦੇ ਹਿਰਦੇ 'ਚ ਹੈ, ਗੁਰੂ ਦੀ ਕਿਰਪਾ ਜਿਨ੍ਹਾਂ ਨੂੰ ਹੋਈ ਉਹਨਾਂ ਨੇ ਇਹ ਜੁਗਤੀ ਸਮੁੱਚੀ ਪਹਿਚਾਣ ਲਈ ਹੈ। ਧੰਨ ਗੁਰੂ ਨਾਨਕ ਦੇਵ, ਨਿਰੰਕਾਰ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ, ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਆ। ਨਾਨਕ ਲੀਨ ਭਇਓ ਗੋਬਿੰਦ ਸਿਉ, ਉਹ ਭਾਈ ਲੀਨ ਭਇਓ, ਲੀਨ ਹੋ ਗਿਆ, ਲੀਨ ਹੋ ਜਾਣਾ, ਇੱਕ ਹੋ ਜਾਣਾ, ਮਿਲ ਜਾਣਾ, ਉਹੀ ਹੋ ਜਾਣਾ, ਜਿਵੇਂ ਅੱਗ ਅੱਗ ਵਿੱਚ ਲੀਨ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਕਿਰਨ ਸੂਰਜ ਵਿੱਚ ਲੀਨ ਹੋ ਜਾਂਦੀ ਹੈ, ਜਿਵੇਂ ਜਲ ਜਲ ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ ਹੈ, ਇਵੇਂ ਜੋਤ ਜੋਤ ਵਿੱਚ ਸਮਾ ਜਾਂਦੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਇਸ ਤਰ੍ਹਾਂ ਉਹ ਗੋਬਿੰਦ ਸਿਉ ਵਾਹਿਗੁਰੂ ਦੇ ਸਿਉ ਨਾਲ ਲੀਨ ਭਇਓ ਲੀਨ ਹੋ ਗਏ। ਕਿਵੇਂ ਹੋ ਗਏ? ਪਾਤਸ਼ਾਹ ਜੀ ਕਹਿੰਦੇ ਜਿਉਂ ਪਾਨੀ ਸੰਗ ਪਾਨੀ, ਜਿਵੇਂ ਪਾਣੀ ਨਾਲ ਪਾਣੀ ਲੀਨ ਹੋ ਜਾਂਦਾ, ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ, ਜਿਵੇਂ ਪਾਣੀ ਪਾਣੀ ਵਿੱਚ ਅਭੇਦ ਹੋ ਜਾਂਦਾ, ਇਵੇਂ ਹਰ ਹਰ ਜਨ ਦੋਈ ਏਕ ਹੈ, ਬਿਵ ਵਿਚਾਰ ਕੁਛ ਨਾ ਹੈ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੀ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਹੀ ਜਿਹਾ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ ਉਹੀ ਹੋ ਗਏ, ਵਾਹਿਗੁਰੂ ਹੀ ਬਣ ਗਏ। ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਇਵੇਂ ਵਾਹਿਗੁਰੂ ਨਾਲ ਅਭੇਦ ਹੋ ਗਏ ਉਹ ਮਹਾਂਪੁਰਖ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ। ਐਸੀ ਹੈ ਭਾਈ ਗੁਰੂ ਦੀ ਕਿਰਪਾ। ਪਰਸੋਂ ਰੋਜ਼ ਤੋਂ ਕਿਰਪਾ ਕੀਤੀ ਪਾਤਸ਼ਾਹੀ ਜੀ ਨੇ ਸਾਡੇ ਸਮੂਹ ਤੇ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਅਕਾਲੀ ਬਾਣੀ ਜੀ ਕੇ ਅਖੰਡ ਪਾਠ ਪ੍ਰਾਰੰਭਤਾ ਦੀ ਦਾਤ, ਸੰਪੂਰਨਤਾ
अमृतोपदेश द्वारा अपनी वड्याई जस बख्शिया भुला गुरु की संगत सतगुरु जी बख्शिंद कृपा करनी जी जे नर कौ कीनी ते एह जुगत पछानी नानक लीन पयो गोबिंद स्यों ज्यों पानी संग पानी वाहिगुरु जी का खालसा वाहिगुरु जी की फतेह सतनाम वाहे गुरु सतनाम वाहे गुरु जपो जी सतनाम वाहे गुरु 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 सतनाम